ਇਕ ਓੰਕਾਰ ਸਤਨਾਮ ਕਰਤਾ ਪੁਰਖ

ਗੁਰ ਪ੍ਰਸਾਦ ਇਹ ਪਦਤ ਤੇ ਮਤ ਚੂ ਕਹ ਰੇ ਮਨ ਬੇਦ ਬੇਭੇਦ ਨਾ ਜਾਣ ਬਿ ਹੋ ਪਰ ਤਖਰਦਾ ਗੁਰ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ ਹਰ ਪੂਰਨ ਬ੍ਰਹਮ ਨਿਵਾਸ ਲਿਓ ਪਰਮ ਸਨਮਾਨ ਯੋਗ ਦੀਨ ਦੁਨੀਆ ਦੇ ਮਾਲਕ ਹਾਜਰਾ ਹਜੂਰ ਜਹਰਾ ਜਹੂਰ ਸਰਬ ਕਲਾ ਸਮਰਥ ਤਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਸਦਕਾ ਆਪਾਂ ਸਾਰੇ ਹੀ ਸਤਿਗੁਰਾਂ ਦੀ پاک ਪਵਿੱਤਰ ਗੋਦ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ जिन्हों पर था भट्ट साहबान ने एक बड़ा मिठा बोल कह ने ने जब लो नहीं भाग ललार उदय तब लो भ्रमते फिरते बहुत आयो कल घूर समुद्र में बूढ़त थे कब हूँ मिट है नहीं रे पछतायो तत् विचार यह मथुरा ਜਗ ਤਾਰਣ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੂਣ ਗਰਬ ਨਾ ਆਇਓ ਉਸ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰ ਸਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅੱਜ ਆਪਾਂ ਸਾਰੇ ਹੀ ਗੁਰੂ ਚਰਨਾਂ ਵਿੱਚ ਮਿਲ ਜੁੜ ਬੈਠ ਇਕੱਤਰ ਹੋਏ ਹਾਂ ਸਤਿਗੁਰੂ ਕਿਰਪਾ ਕਰਨ ਸਤਿਗੁਰਾਂ ਦੇ ਜੀਵਨ ਦੇ ਵਿੱਚੋਂ ਗੁਰਬਾਣੀ ਦੇ ਦਾਇਰੇ ਵਿੱਚ ਰਹਿ ਕੇ ਇਤਿਹਾਸ ਨੂੰ ਸਾਖੀ ਬਣਾ ਕੇ ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਉੱਪਰ ਪੰਛੀ ਝਾਤ ਪਾਈਏ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਆਪ ਜਿੰਨੇ ਵੀ ਸਰੀਰ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ ਹਿਰਦੇ ਵਿੱਚੋਂ ਅਸੀਸ ਬਖਸ਼ੋ ਤਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤਰਸ ਕਰਨ ਆਪਣੇ ਦਰਕਰਦ ਦੀ ਸਿਫਤ ਵਡਿਆਈ ਸਿਰ ਉੱਪਰ ਮੇਰ ਪਰਿਆ ਹੱਥ ਰੱਖ ਕੇ ਕਰਵਾ ਲੈਣ ਅਸੀਸਾਂ ਬਖਸ਼ਦੇ ਹੋਏ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕਿਸੇ ਮਨੁੱਖ ਦਾ ਜੀਵਨ ਵੇਖਣਾ ਹੋਵੇ ਨਾ ਤਾਂ ਤਿੰਨ ਚੀਜ਼ਾਂ ਬਖੂਬੀ ਵੇਖੀਆਂ ਜਾਂਦੀਆਂ ਨੇ ਪਹਿਲਾ ਇਹ ਕਿ ਉਹਦਾ ਪਿਛੋਕੜ ਕਿਵੇਂ ਦਾ ਸੀ ਦੂਸਰਾ ਇਹ ਉਹਦਾ ਅੱਜ ਕਿਵੇਂ ਦਾ ਆ ਤੀਸਰਾ ਇਹ ਉਹਦੇ ਅੱਜ ਕਰਕੇ ਕੱਲ ਨੂੰ ਸਮਾਜ ਉੱਪਰ ਕੀ ਪ੍ਰਭਾਵ ਪਵੇਗਾ ਇਹ ਤਿੰਨ ਚੀਜ਼ਾਂ ਕਿਸੇ ਵੀ ਮਨੁੱਖ ਦੀ ਜ਼ਿੰਦਗੀ ਵੱਲ ਵੇਖ ਕੇ ਸਾਡੇ ਸਾਹਮਣੇ ਇੱਕ ਸਿੱਟਾ ਕੱਢ ਦਿਆਂ ਨੇ ਕਿ ਇਸ ਬੰਦੇ ਨੇ ਜ਼ਿੰਦਗੀ ਕਿਵੇਂ ਜਿਉਈ ਤੇ ਕਿੰਨਾ ਕੁ ਲੋਕਾਂ ਦਾ ਭਲਾ ਕੀਤਾ ਕਿੰਨਾ ਕੁ ਨੁਕਸਾਨ ਕੀਤਾ ਹੈ ਚੰਗੇ ਮਾੜੇ ਦਾ ਰਿਜ਼ਲਟ ਨਤੀਜਾ ਸਿੱਟਾ ਇਹ ਬੰਦੇ ਦੀਆਂ ਤਿੰਨ ਚੀਜ਼ਾਂ ਵੇਖ ਕੇ ਹੀ ਪਤਾ ਲੱਗ ਸਕਦਾ ਨਹੀਂ ਤੇ ਨਹੀਂ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਜਦੋਂ ਪਿਸ਼ੋਕੜ ਦੀ ਗੱਲ ਕਰੀਏ ਆਮ ਤੌਰ ਤੇ ਅਸੀਂ ਪੰਜਾਬ ਦੇ ਵਿਸਨੀਕ ਇੱਕ ਗੱਲ ਕਹਿੰਨੇ ਆ ਜਾਂ ਜਿਹੜੇ ਪੰਜਾਬੀ ਨੇ ਉਹ ਤੂੰ ਸਾਨੂੰ ਗੱਲਾਂ ਕਰਦਾ ਤੂੰ ਆਪਣਾ ਪਿਸ਼ੋਕੜ ਵੇਖ ਉਹ ਪਿਸ਼ੋਕੜ ਕੱਲੇ ਸਾਡੇ ਜਨਮ ਤੋਂ ਲੈ ਕੇ ਅੱਜ ਤੱਕ ਨਾਲ ਸਬੰਧਤ ਨਹੀਂ ਉਹ ਸਾਡੇ ਵਡੇਰਿਆਂ ਨਾਲ ਵੀ ਸਬੰਧਤ ਹੈ ਜੇ ਵਡੇਰਿਆਂ ਦੀ ਗੱਲ ਕਰਨੀ ਤੇ ਧੰ ਸਤਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਹ ਗਰੀਬਨਵਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਵੱਡੇ ਵਡੇਰੇ ਕਦੇ ਲਾਹੌਰ ਰਹਿੰਦੇ ਨੇ ਹੀਰੀਆਂ ਦਾ ਵਪਾਰ ਕਰਦੇ ਨੇ ਸਮੇਂ ਨੇ ਕਰਵਟ ਬਦਲੀ ਮਾਤਾ ਪਿਤਾ ਚੜਾਈ ਕਰ ਗਏ ਮਾਤਾ ਪਿਤਾ ਦੇ ਚੜਾਈ ਕਰਨ ਤੋਂ ਬਾਅਦ ਬਾਸਰ ਕੇ ਆਪਣੇ ਨਾਨਕੇ ਆਉਂਦੇ ਨੇ ਉੱਥੋਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਵਿੱਚ ਆਉਂਦੇ ਨੇ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਆਉਣ ਤੋਂ ਬਾਅਦ ਇੱਕ ਬੜੀ ਪਿਆਰੀ ਖੇਡ ਵਾਪਰਦੀ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਡੇਰਿਆਂ ਦੇ ਵਡੇਰੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾਤਾ ਜੀ ਰਹਿਮਤਾ ਬਖਸ਼ਿਸ਼ਾਂ ਵਰਤਾ ਕੇ ਆਪਣੇ ਇਸ ਲਾਇਕ ਦਿਵਾਈ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੀ ਗੁਰਤਾ ਗੱਦੀ ਦਾ ਮੁਖੀਆ ਬਣਾਉਂਦਾ ਆ ਜਦੋਂ ਇਹ ਖੇਡ ਵਾਪਰ ਦੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਵੇਖੀ ਜਦੋਂ ਵਡੇਰਿਆਂ ਦੀ ਗੱਲ ਕਰੀਏ ਪਸ਼ੋਕੜ ਦੀ ਗੱਲ ਕਰੀਏ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲੋਂ ਤੇ ਹੋਰ ਕੋਈ ਚੰਗਾ ਪਸ਼ੂਕੜ ਨਹੀਂ ਨਾ ਹੋ ਸਕਦਾ। ਗੁਰੂ ਰਾਮਦਾਸ ਮਹਾਰਾਜ ਨਾਲੋਂ ਤੇ ਵਧੀਆ ਕੋਈ ਜਾਦਾ ਚੰਗਾ ਪਸ਼ੂਕੜ ਨਹੀਂ ਨਾ ਹੋ ਸਕਦਾ। ਤੇ ਫਿਰ ਜਿਵੇਂ ਦੇ ਵੱਡੇ ਸਨ ਉਵੇਂ ਦੇ ਇਹ ਨਹੀਂ। ਪਹਿਲਾਂ ਪਸ਼ੂਕੜ ਦੀ ਗੱਲ। ਇਤਿਹਾਸ ਨੇ ਬਚਪਨ ਦੀਆਂ ਕਈ ਗਥਾਵਾਂ ਲਿਖੀਆਂ ਨੇ ਇੱਕ ਗੁਰਮੁਖ ਪਿਆਰੇ ਸਰਦਾਰ ਦਲਜੀਤ ਸਿੰਘ ਉਹਨਾਂ ਨੇ ਇੱਕ ਕਿਤਾਬ ਲਿਖੀ ਉਸ ਕਿਤਾਬ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਗੁਰੂ ਸਹਿਬਾਨਾਂ ਦੇ ਬਚਪਨ ਨਾਲ ਸੰਬੰਧਿਤ ਕਹਾਣੀਆਂ ਸਾਖੀਆਂ ਤਵਾਰੀ ਗੁਰੂ ਖਾਲਸਾ ਨੇ ਵੀ ਇਹਦਾ ਜ਼ਿਕਰ ਕੀਤਾ ਆ ਉਹਨਾਂ ਦੇ ਵਿੱਚੋਂ ਕਈ ਘਟਨਾਵਾਂ ਬੜੀਆਂ ਪਿਆਰੀਆਂ ਨੇ ਆਪਣੇ ਮਾਤਾ ਪਿਤਾ ਦੇ ਸਭ ਤੋਂ ਛੋਟੇ ਸੁਪੁੱਤਰ ਨੇ ਜਿੱਥੇ ਛੋਟੇ ਨੇ ਉੱਥੇ लाਡਲੇ ਨੇ ਤੁਸੀਂ ਸੁਣਿਆ ਹੋਵੇਗਾ ਸਾਡੇ ਇਤਿਹਾਸ ਨੇ ਉਹ ਗਾਥਾ ਲਿਖੀ ਏ ਕਿ ਇੱਕ ਦਿਨ ਤਾਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਸਨ ਤੇ ਬੈਠੇ ਆਪਣਾ ਖਾਣਾ ਖਾ ਰਹੇ ਸਨ ਤੇ ਮਾਂ ਦੀ ਗੋਦ ਵਿੱਚ ਬੈਠੇ ਵਾਰ-ਵਾਰ ਆਪਣੇ ਨਾਨਾ ਜੀ ਦੇ ਉਸ ਖਾਣੇ ਵਾਲੀ ਥਾਲ ਨੂੰ ਹੱਥ ਪਾਉਂਦੇ ਨੇ ਤੇ ਸਾਡੇ ਇਤਿਹਾਸ ਨੇ ਬੜੇ ਸੋਹਣੇ ਬੋਲ ਲਿਖੇ ਨੇ ਉਹ ਕਹਿੰਦੇ ਨੇ ਜਦੋਂ ਵਾਰ-ਵਾਰ ਇਵੇਂ ਕੋਸ਼ਿਸ਼ ਕੀਤੀ ਵੀ ਥਾਲ ਮੈਂ ਫੜ ਲਵਾਂ ਥਾਲ ਮੈਂ ਫੜ ਲਵਾਂ ਤੇ ਉਦੋਂ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਅਸੀਸ ਦਿੱਤੀ ਸੀ ਕਹਿੰਦੇ ਪੁੱਤਰ ਕਾਲਾ ਨਾ ਪੈ ਥਾਣ ਤੈਨੂੰ ਹੀ ਮਿਲਣੀ ਏ ਪਰ ਮੈਂ ਨਹੀਂ ਤੇਰਾ ਬਾਪ ਤੈਨੂੰ ਦੇਗਾ ਜੀਵਨ ਦੇ ਵਿੱਚ ਕਿੰਨੀ ਉੱਚਤਾ ਹੈ ਪਸ਼ੋਕੜ ਕਿੰਨਾ ਵਧੀਆ ਆ ਇਹ ਇਥੋਂ ਹੀ ਸਾਡੇ ਸਾਹਮਣੇ ਇਤਿਹਾਸ ਨੇ ਰੱਖਿਆ ਆ ਜਦੋਂ ਇਹ ਬਚਨ ਕਹਿ ਦਿੱਤੇ ਸਨ ਦੁਇਤਾ ਬਾਣੀ ਕਬੋਈ ਥਾ ਇਹਦੇ ਉੱਪਰ ਕੁਝ ਨਹੀਂ ਕਿਹਾ ਜਾ ਸਕਦਾ ਹੁਣ ਦੂਸਰੀ ਗੱਲ ਆਉਂਦੀ ਏ ਕਿਸੇ ਵੀ ਮਨੁੱਖ ਨੇ ਉਹ ਜ਼ਿੰਦਗੀ ਕਿਵੇਂ ਦੀ ਜਿਉਈ ਹੈ ਤਨ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੱਲ ਕਰੀਏ ਉਹਨਾਂ ਨੇ ਜ਼ਿੰਦਗੀ ਕਿਵੇਂ ਜਿਉਈ ਹੈ ਕਿ ਅਸੀਂ ਉਹਨਾਂ ਦੇ ਆਉਣ ਵਾਲੇ ਕੱਲ ਨੂੰ ਵੇਖ ਸਕੀਏ ਜਾਂ ਅੱਜ ਜਿਹੜਾ ਉਹ ਕੱਲ ਲੋਕਾਂ ਉੱਪਰ ਕਿਵੇਂ ਪ੍ਰਭਾਵ ਛੱਡੇਗਾ ਮੈਂ ਇਤਿਹਾਸ ਦਾ ਇੱਕ ਹਵਾਲਾ ਦੇ ਕੇ ਫਿਰ ਅੱਗੇ ਚੱਲਾਂਗਾ ਤੁਸੀਂ ਸੁਣਾਏਗਾ ਇਤਿਹਾਸ ਵਿੱਚ ਪੜ੍ਹਿਆ ਹੋਵੇਗਾ ਕਿ ਪੁਰਬ ਦੀ ਰਹਿਣ ਵਾਲੀ ਸੰਗਤ ਦੀਦਾਰਿਆਂ ਨੂੰ ਆਉਂਦੀ ਏ ਹਨੇਰਾ ਪੈ ਜਾਂਦਾ ਆ ਹਨੇਰਾ ਪੈਣ ਕਰਕੇ ਉਹਨਾਂ ਨੂੰ ਰਾਤ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਟਿਕਾਣਾ ਕਰਨਾ ਪੈਂਦਾ ਆ ਟਿਕਾਣਾ ਬਾਹਰ ਕਰਨਾ ਪੈਂਦਾ ਜਦੋਂ ਇਹ ਗੱਲ ਗੁਰੂ ਸਾਹਿਬ ਨੂੰ ਪਤਾ ਲੱਗਦੀ ਏ ਸਹਿਬ ਜੀ ਆਪ ਆਪਣੀ ਧਰਮ ਸਪਤਨੀ ਨੂੰ ਲੈ ਕੇ ਖੁਦ ਜਾ ਕੇ ਸੰਗਤ ਦੀ ਸੇਵਾ ਕਰਦੇ ਨੇ ਉਹਨਾਂ ਵਾਸਤੇ ਲੰਗਰ ਲੈ ਕੇ ਜਾਂਦੇ ਨੇ ਪ੍ਰਸ਼ਾਦਾ ਲੈ ਕੇ ਜਾਂਦੇ ਨੇ ਗਰਮੀ ਦੇ ਦਿਨ ਨੇ ਉਹਨਾਂ ਨੂੰ ਪੱਖਾ ਵੀ ਚੱਲਦੇ ਨੇ ਇਤਿਹਾਸ ਨੇ ਇੱਥੋਂ ਤੱਕ ਵੀ ਲਿਖਿਆ ਧੰ ਸਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਦਰ ਤੇ ਆਈ ਹੋਈ ਸੰਗਤ ਦੀ ਮੁੱਠੀ ਛਾਪੀ ਵੀ ਕਰਦੇ ਨੇ ਅਗਲਾ ਦਿਨ ਆਇਆ ਮੱਥਾ ਟੇਕਣ ਵਾਸਤੇ ਆਏ ਨੇ ਹੁਣ ਬਹੁਤਾਤ ਜਣੇ ਨੂੰ ਇਹ ਨਹੀਂ ਪਤਾ ਕਿ ਗੁਰੂ ਅਰਜਨ ਸਾਹਿਬ ਜੀ ਕੌਣ ਨੇ ਕਿਉਂਕਿ ਗੁਰਤਾ ਗੱਦੀ ਕਹਿ ਸਕਦੇ ਉਹਦੋਂ ਮਿਲੀ ਹੀ ਸੀ ਬਹੁਤ ਇਹਨੂੰ ਤੇ ਆਸੇ ਸੀ ਵੀ ਪਿਰਥੀ ਚੰਦ ਨੂੰ ਮਿਲੇਗੀ ਨਹੀਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਜਦੋਂ ਮਿਲੀ ਏ ਜਦੋਂ ਪੁੱਛਿਆ ਵੀ ਤੁਸੀਂ ਕੌਣ ਹੋ ਕਹਿੰਦੇ ਜੀ ਮੈਂ ਵੀ ਤੁਹਾਡੀ ਚਰਨ ਧੂੜੀਆਂ ਹੁਣ دیدارੇ ਕਰਨ ਵਾਸਤੇ ਆਏ ਨੇ ਤੇ ਇੱਕ ਮਨ ਦੇ ਵਿੱਚ ਬੜੀ ਸਾਰਿਆਂ ਦੇ ਵੀ ਸਾਡਾ ਸਮਾਨ ਆ ਸਾਰਾ ਤਾਂ ਦਰਬਾਰ ਵਿੱਚ ਲਾ ਨਹੀਂ ਸਕਦੇ ਸਾਡਾ ਸਮਾਨ ਵੀ ਏ ਸਾਡੇ ਜੋੜੇ ਵੀ ਨੇ ਇਹਨਾਂ ਦਾ ਕੀ ਕਰੀਏ ਇੱਕ ਥਾਂ ਤੇ ਸਮਾਨ ਜੋੜ ਲਿਆ ਇੱਕ ਥਾਂ ਤੇ ਜੋੜੇ ਲਾ ਦਿੱਤੇ ਸੰਗਤ ਕਹਿਣ ਲੱਗੀ ਵੀ ਕਿਸੇ ਨੂੰ ਕਹੇ ਵੀ ਤੂੰ ਰੁਕ ਅਸੀਂ ਗੁਰੂ ਸਾਹਿਬ ਦੇ ਦਿਹਾਰੇ ਕਰਨੇ ਨੇ ਉਹ ਕਹਿੰਦਾ ਨਾ ਨਾ ਮੈਂ ਇਨੀ ਦੂਰੋਂ ਚੱਲ ਕਾ ਮੈਂ ਦਰਸ਼ਨਾਂ ਦੀ ਤਾਂਗ ਲੈ ਕੇ ਮੈਂ ਕੋਈ ਇੱਥੇ ਰੁਕਾਂ ਤੁਸੀਂ ਰੁਕੋ ਉਹ ਆਪਸ ਚ ਜਿਵੇਂ ਗੱਲ ਕਰਦੇ ਨੇ ਤੇ ਇੱਕ ਸਿਆਣਾ ਬਜ਼ੁਰਗ ਕਹਿੰਦਾ ਵੀ ਐ ਜਿਹੜਾ ਲੜਕਾ ਜਿਹਨੇ ਆਪਣੀ ਰਾਤ ਸੇਵਾ ਕੀਤੀ ਏ ਕਿਉਂ ਨਾ ਆਪਾਂ ਇਹਨੂੰ ਠੱਲ ਚਲੀਏ ਆਪਾਂ ਇਹਨੂੰ ਇੱਥੇ ਠੱਲ ਕੇ ਫਿਰ ਅੱਗੇ ਚੱਲਦੇ ਹਾਂ ਸ਼ਰਣ ਕਹੇ ਵੀ ਤੁਸੀਂ ਤੇ ਬੜੀ ਪੈਰੀ ਗੱਲ ਕੀਤੀ ਏ ਇਹ ਬੱਚਾ ਤੇ ਇੱਥੇ ਹੀ ਰਹਿੰਦਾ ਆ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਰਹਿੰਦਾ ਹੋਵੇਗਾ ਅੱਜ ਲੇਟ ਕਰ ਲਏਗਾ ਇਹਨਾਂ ਕਹਿ ਕੇ ਉਹ ਦਰਸ਼ਨ ਕਰਨ ਵਾਸਤੇ ਚਲੇ ਗਏ ਨੇ ਇਧਰੋਂ ਬਾਬਾ ਬੁੱਢਾ ਜੀ ਆਉਂਦੇ ਨੇ ਉਹ ਦੇਖਦੇ ਨੇ ਵੀ ਸਤਿਗੁਰੂ ਜੁੜਿਆਂ ਦੇ ਵਿੱਚ ਬੈਠੇ ਨੇ ਸਾਰੀ ਗੱਲ ਜਦੋਂ ਸਮਝ ਵਿੱਚ ਆਈ ਵੀ ਆਹ ਘਟਨਾ ਵਾਪਰੀ ਏ ਸਤਿਗੁਰਾਂ ਨੇ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਜਾਓ ਉੱਥੇ ਸੰਗਤ ਦੇ ਮੁਖਾਤਿਫ ਉਹ ਤਾਂ ਜੋ ਹਨ ਨੂੰ ਲੱਗੇ ਵੀ ਗੁਰੂ ਸਾਹਿਬ ਇਹ ਨਹੀਂ ਉਹ ਅੱਗੇ ਜਾਂਦੇ ਨੇ ਬਾਬਾ ਬੁੱਢਾ ਜੀ ਉਹਨਾਂ ਦੇ ਜਾਣ ਤੋਂ ਪਹਿਲਾਂ ਉੱਥੇ ਬੈਠੇ ਨੇ ਸਹਾਰੇ ਉਡੀਕ ਵਿੱਚ ਬੈਠੇ ਨੇ ਕੀ ਉਡੀਕ ਕਰਦੇ ਨੇ ਗੁਰੂ ਸਾਹਿਬ ਨਹੀਂ ਆਏ ਜਦੋਂ ਇਹ ਸੰਗਤ ਸਤਗੁਰਾਂ ਦੇ ਕੋਲ ਆਉਂਦੀ ਏ ਕਹਿੰਦੇ ਜੀ ਅਸੀਂ ਬੜੀ ਦੂਰੋਂ ਆਏ ਆ ਸਤਗੁਰਾਂ ਦੇ ਦਰਸ਼ਨ ਕਰਨ ਵਾਸਤੇ ਸਹਿਬ ਜਿਹਦੇ ਪਿਆਰੇ ਗੁਰੂ ਸਿੱਖ ਨੇ ਇੱਕ ਗੱਲ ਕਹੀ ਕਹਿੰਦੇ ਜੀ ਤੁਸੀਂ ਤਾਂ ਦਰਸ਼ਨ ਰਾਤ ਦੇ ਕਰ ਲੈਨੇ ਬੜੇ ਹੈਰਾਨ ਅਸੀਂ ਕਦੋਂ ਦਰਸ਼ਨ ਕੀਤੇ ਨੇ ਕਹਿੰਦੇ ਨਹੀਂ ਜੀ ਰਾਤ ਤੁਹਾਡੀ ਮੁਠੀ ਚਾਪੀ ਵੀ ਉਹਨਾਂ ਨੇ ਕੀਤੀ ਰਾਜ ਜਿਹੜਾ ਤੁਸੀਂ ਲੰਗਰ ਛਕਿਆ ਉਹਨਾਂ ਨੇ ਛਕਾਇਆ ਆ ਉਹ ਭਲਿਓ ਉਤੋਂ ਤੱਕ ਤੇ ਠੀਕ ਸੀਗਾ ਜਿਹੜਾ ਜੋੜਿਆਂ ਵਿੱਚ ਠੱਲ ਕੇ ਆਏ ਉਹ ਗੁਰੂ ਸਾਹਿਬ ਹੀ ਨੇ ਉਹ ਕੋਈ ਆਮ ਮਨੁੱਖ ਨਹੀਂਗਾ ਹੁਣ ਪਈ ਹੱਥਾਂ ਪੈਰਾਂ ਦੀ ਪੱਜੇ ਪੱਜੇ ਗਏ ਨੇ ਸਤਗੁਰਾਂ ਤੋਂ ਜਾ ਕੇ ਮਾਫ਼ੀਆਂ ਮੰਗੀਆਂ ਸਤਿਗੁਰੂ ਸਾਡੇ ਤੋਂ ਗੁਨਾਹ ਹੋ ਗਿਆ ਅਸੀਂ ਰਾਤ ਕਹਿ ਰਹੇ ਸੰਕਾਕ ਤੈਨੂੰ ਲੱਤ ਨਹੀਂ ਠੀਕ ਤਰ੍ਹਾਂ ਆਪਣੀਆਂ ਆਉਂਦੀਆਂ ਤੈਨੂੰ ਪੱਖਾ ਨਹੀਂ ਚੰਗੀ ਤਰ੍ਹਾਂ ਚੱਲਣਾ ਹੁੰਦਾ ਉਧਰ ਹੀ ਹਵਾ ਦੇਈ ਜਾਣਾ ਸਾਨੂੰ ਵੀ ਦੇ ਸਤਿਗੁਰੂ ਬੜੇ ਕੁਝ ਉੱਚੀ ਨੀਵੇਂ ਬੋਲ ਬੋਲੇ ਕੇ ਹੋਣਗੇ ਮਾਫ਼ ਕਰਦਾ ਜੀ ਸਤਿਗੁਰੂ ਕਹਿੰਦੇ ਨਹੀਂ ਮੇਰਾ ਫਰਜ਼ ਬੰਨਡ ਹੈ ਕਿ ਗੁਰੂ ਨਾਨਕ ਦੇ ਘਰ ਨੂੰ ਪਿਆਰ ਕਰਨ ਵਾਲਿਆਂ ਵਾਸਤੇ ਮੈਂ ਆਪਣੀ ਜਿੰਦ ਵੀ ਰੱਖ ਦਵਾਂ ਮੈਂ ਇੱਕ ਇਤਿਹਾਸ ਦਾ ਹੋਰ ਹਵਾਲਾ ਸਾਂਝਾ ਕਰਕੇ ਫਿਰ ਅੱਗੇ ਚੱਲਦਾ ਹਾਂ ਜਦੋਂ ਗੁਰਤਾ ਗੱਦੀ ਦੀ ਚੋਣ ਹੁੰਦੀ ਹੈ ਨਾ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਤਾਇਆ ਸਿਹਾਰੀ ਮੱਲ ਜੀ ਦੇ بیٹے ਦਾ ਵਿਆਹ ਆ ਭਰਾ ਦਾ ਵਿਆਹ ਆ ਭਰਾ ਦੇ ਵਿਆਹ ਤੇ ਜਾਣਾ ਆ ਪਹਿਲਾਂ ਪਿਰਥੀ ਚੰਦ ਨੂੰ ਸੱਦਿਆ ਉਹ ਕਹਿੰਦਾ ਜੀ ਜੇ ਮੈਂ ਚਲਾ ਗਿਆ ਤੇ ਆ ਢਾਂਚਾ ਕੌਣ ਸੰਭੇਗਾ ਮੈਂ ਇੱਕ ਵਾਰ ਪਹਿਲਾਂ ਵੀ ਇੱਕ ਥਾਂ ਤੇ ਬੇਨਤੀ ਕੀਤੀ ਸੀ ਸਾਡੇ ਵਿੱਚ ਕਈ ਬੰਦੇ ਨੇ ਜਿਨ੍ਹਾਂ ਨੂੰ ਇਹ ਪਰਮਾ ਵੀ ਜੇ ਅਸੀਂ ਪ੍ਰਬੰਧ ਨਾ ਚਲਾਵਾਂਗੇ ਤੇ ਪ੍ਰਬੰਧ ਚਲਾਉਣ ਵਾਲਾ ਕੋਈ ਨਹੀਂ ਹੋਏਗਾ ਇਹ ਭੁਲੇਖਾ ਕੱਢ ਦਿਓ ਇਹ ਦੁਨੀਆ ਮੇਰੇ ਜਾਂ ਤੁਹਾਡੇ ਸਹਾਰੇ ਤੇ ਕੋਈ ਨਹੀਂ ਚੱਲਦੀ ਇਹਨੂੰ ਐਵੇਂ ਸਮਝ ਲਈਏ ਵੀ ਰੱਬ ਨੇ ਇੱਕ ਥੜਾ ਬਣਾਇਆ ਇੱਕ ਨਹੀਂ ਤੇ ਦੂਜਾ ਖੜਾਇਆ ਰੱਬ ਦਾ ਇਹ ਥੜਾ ਇੱਕ ਨਹੀਂ ਦੂਜਾ ਖੜਾ ਜੇ ਮੈਂ ਨਾ ਹੋਵਾਂਗਾ ਤਾਂ ਕੋਈ ਹੋਰ ਆ ਜਾਏਗਾ ਜੇ ਕੋਈ ਹੋਰ ਨਹੀਂ ਤੇ ਮੈਂ ਆ ਜਾਾਂਗਾ ਰੱਬ ਨੇ ਇਹ ਸਰਕਲ ਬਣਾਇਆ ਹੋਇਆ ਕਦੇ ਵੀ ਇਸ ਚੀਜ਼ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਉਹ ਕਹਿੰਦਾ ਜੀ ਮੈਂ ਸਾਰਾ ਪ੍ਰਬੰਧ ਕਰਦਾ ਜੇ ਮੈਂ ਨਾ ਰਿਹਾ ਤੇ ਚੱਲੇਗਾ ਕਿਵੇਂ ਸਾਬ ਜੀ ਕਹਿੰਦੇ ਕੋਈ ਗੱਲ ਨਹੀਂ ਪੁੱਤਰ ਬਹੁਤ ਸੋਹਣਾ ਜਵਾਬ ਹੈ ਮਾਦੇਵ ਨੂੰ ਬੁਲਾਇਆ ਉਹ ਕਹਿੰਦਾ ਜੀ ਮੈਂ ਮੇਰਾ ਕੌਣ ਭਰਾ ਮੇਰੀ ਕਿਹੜੀ ਪੈਣ ਮੇਰਾ ਕਿਹੜਾ ਤਾਇਆ ਮੈਂ ਤੇ ਬਰਕਤ ਆ ਮੈਂ ਇਹਨਾਂ ਤੋਂ ਕੀ ਲੈਣਾ ਹੈ ਸਾਬ ਜੀ ਕਹਿੰਦੇ ਪੁੱਤਰ ਬਹੁਤ ਸੋਹਣਾ ਜਵਾਬ ਦਿੱਤਾ ਹੈ ਕਹਿੰਦੇ ਅਰਜਨ ਪੁੱਤ ਤੁਸੀਂ ਵਿਆਹ ਤੇ ਜਾਣਾ ਆ ਸ਼ਾਦੀ ਉਹਦੋਂ ਕਹਿੰਦੇ ਸਨ ਤੁਸੀਂ ਸ਼ਾਦੀ ਤੇ ਜਾਓਗੇ ਹੱਥ ਜੋੜੇ ਕਹਿੰਦੇ ਪਿਤਾ ਜੀ ਸੱਤ ਵਚਨਾਂ ਵਾ ਜਾਵਾਂਗਾ ਕਹਿੰਦੇ ਤੈਨੂੰ ਕੋਈ ਰੋਸ ਨਹੀਂ ਤੇਰੇ ਮਨ ਦੇ ਵਿੱਚ ਤੇਰੇ ਭਰਾ ਵਾਂਗੂ ਕੋਈ ਪ੍ਰਸ਼ਨ ਨਹੀਂ ਉੱਠਦਾ ਜੀ ਮੈਂ ਚਲਾ ਗਿਆ ਤੇ ਕੰਮ ਰੁਕ ਜਾਏਗਾ ਤੁਹਾਡੇ ਮਨ ਵਿੱਚ ਇਹ ਪ੍ਰਸ਼ਨ ਨਹੀਂ ਉੱਠਿਆ ਆਪਣੇ ਵੱਡੇ ਭਰਾ ਦੇ ਵਾਂਗੂ ਵੀ ਮੈਂ ਉਹਨਾਂ ਤੋਂ ਕੀ ਲੈਣਾ ਕਿਹੜਾ ਰਿਸ਼ਤਾ ਨਾਤਾ ਮੇਰਾ ਨਾਤਾ ਤੇ ਤੁਹਾਡੇ ਨਾਲ ਹੀ ਹੈ ਸਿਰ ਝੁਕਾਇਆ ਹੱਥ ਜੋੜ ਕੇ ਕਹਿੰਦੇ ਸਤਿਗੁਰੂ ਅੱਜ ਤੇ ਤੁਸੀਂ ਮੈਨੂੰ ਖੁਸ਼ੀ ਖੇੜਿਆਂ ਦੇ ਮੌਕਿਆਂ ਤੇ ਭੇਜਣਾ ਚਾਹੁੰਦੇ ਹੋ ਦਾਤਾ ਜੇ ਤੁਸੀਂ ਮੈਨੂੰ ਆਪਣੀ ਜਿੰਦਨ ਸ਼ਾਵਰ ਕਰਨ ਵਾਸਤੇ ਵੀ ਲਾਹੌਰ ਵੱਲ ਭੇਜਦੇ ਮੈਂ ਇੱਕ ਵਾਰੀ ਵੀ ਮੱਥੇ ਵਟ ਨਹੀਂ ਪਾਉਣਾ ਸੀ ਮੇਰੇ ਬਾਪ ਨੇ ਮੈਨੂੰ ਕਿਉਂ ਇੱਧਰ ਨੂੰ ਤੋਰਿਆ ਆ ਸਤਗੁਰੂ ਬੜੇ ਪ੍ਰਸੰਨ ਹੋਏ ਉਹਨਾਂ ਕੋ ਟਕੇ ਸੀਨੇ ਲਾਇਆ ਕਹਿੰਦੇ ਮੈਨੂੰ ਤੇਰੇ ਤੋਂ ਇਹੀ ਆਸ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸਿਕ ਜੀਵਨ ਫਰੋਲ ਕੇ ਵੇਖ ਲਿਆ ਜੀ ਹਮੇਸ਼ਾ ਮੈਂ ਇਹਨੂੰ ਜੇ ਸਚਿਆਰ ਤਰੀਕੇ ਨਾਲ ਕਹਵਾਂ ਜਿਹੜਾ ਬੰਦਾ ਜ਼ਿੰਦਗੀ ਦੇ ਵਿੱਚ ਜਿੰਨਾ ਆਤ ਦਾ ਦੁੱਖਦਾਈ ਕੰਮ ਕਰਦਾ ਨਾ ਉਹਨੂੰ ਉਨੀ ਹੀ ਵੱਧ ਪ੍ਰਸਿੱਧੀ ਮਿਲਦੀ ਹੈ ਤੇ ਉਹਨਾ ਹੀ ਸੰਸਾਰ ਦੇ ਵਿੱਚ ਰਹਿੰਦਿਆਂ ਵੱਧ ਦੁੱਖ ਭੁਗਣਾ ਪੈਂਦਾ ਹੈ ਉਹ ਹੋ ਸਕਦਾ ਦੁਨੀਆ ਵੱਲੋਂ ਦਿੱਤਾ ਗਿਆ ਦੁੱਖ ਉਹ ਮੇਰੇ ਲਈ ਦੁੱਖ ਨਹੀਂ ਹੋ ਸਕਦਾ ਸਤਗੁਰਾਂ ਲਈ ਦੁੱਖ ਨਹੀਂਗਾ ਪਰ ਦੁਨੀਆ ਆਪਣੇ ਵੱਲੋਂ ਕੋਸ਼ਿਸ਼ ਕਰਦੀ ਬੇਨੂੰ ਮੈਂ ਬੜਾ ਦੁਖੀ ਕਰਨਾ ਮੈਂ ਇਹਨੂੰ ਮਾਰ ਸੁੱਟਣਾ ਹੈ ਇਹਨੂੰ ਵੱਢ ਸੁੱਟਣਾ ਹੈ ਉਹ ਬੜਾ ਕੋਸ਼ਿਸ਼ ਕਰਦੇ ਲੋਕ ਤੰਗ ਕਰਦੇ ਨੇ ਇਸ ਲਈ ਕਹਿੰਦੇ ਨੇ ਜੀ ਇੱਕ ਦੁਨੀਆ ਦੇ ਵਿੱਚ ਜਿਹੜਾ ਬੰਦਾ ਜਿੰਨਾ ਵੱਡਾ ਰਿਸਕ ਲੈਂਦਾ ਆ ਓਨੀ ਵੱਡੀ ਉਹਨੂੰ ਸੰਸਾਰ ਦੇ ਉੱਪਰ ਉਪਲਬਧੀ ਮਿਲਦੀ ਏ ਗੱਲ ਗੱਲ ਤੇ ਡਰਨ ਵਾਲੇ ਬੰਦੇ ਨਾ ਕੁਛ ਆਪਣਾ ਬਣਾਉਂਦੇ ਨੇ ਨਾ ਕਿਸੇ ਦਾ ਬਣਾਉਂਦੇ ਹੁੰਦੇ ਨੇ ਤਿੰਨ ਵਾਰ ਗੁਰੂ ਅਰਜਨ ਸਾਹਿਬ ਮਹਾਰਾਜ ਲਾਹੌਰ ਗਏ ਨੇ ਪਹਿਲਾਂ ਜਦੋਂ ਸਿਹਾਰੀ ਮੱਲ ਜੀ ਦੇ بیٹے ਦਾ ਵਿਆਹ ਆ ਭਰਾ ਦਾ ਵਿਆਹ ਆ ਦੂਸਰੀ ਵਾਰੀ ਉਦੋਂ ਜਦੋਂ ਉਥੇ ਕਾਲ ਪਿਆ ਆ ਤੇ ਤੀਸਰੀ ਵਾਰੀ ਉਦੋਂ ਇਹ ਕਲਾ ਵਰਤਦੀ ਏ ਜਦੋਂ ਸਹਿਬ ਜੀ ਸ਼ਹਾਦਤ ਦੇਣ ਵਾਸਤੇ ਜਾਂਦੇ ਨੇ ਗੁਰਬਾਣੀ ਦੇ ਅਨੁਸਾਰ ਮੈਂ ਤਿੰਨੇ ਪੱਕ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ ਕਿ ਬੰਦੇ ਦਾ ਪਿਸ਼ੋਕੜ ਉਹਦਾ ਕੀਤਾ ਹੋਇਆ ਅੱਜ ਤੇ ਉਹਦੇ ਆਉਣ ਵਾਲੇ ਰਿਜ਼ਲਟ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਹੁਣ ਗੁਰਬਾਣੀ ਅਨੁਸਾਰ ਵੇਖੀਏ ਜਿਹੜੇ ਉਹਨਾਂ ਨੂੰ ਨੇੜਿਓਂ ਜਾਣਦੇ ਨੇ ਕੋਲ ਰਹਿਣ ਵਾਲੇ ਪਟਮਥਰਾ ਜੀ ਕੋਲ ਰਹਿੰਦੇ ਨੇ ਜਿਨ੍ਹਾਂ ਨੂੰ ਪਤਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਬਾਰੇ ਉਹਨਾਂ ਨੇ ਇੱਕੋ ਗੱਲ ਕਹੀ ਕਹਿੰਦੇ ਇਹ ਪદ્ધਤ ਤੇ ਮਤ ਚੂਕਹਿ ਰੇ ਮਨ ਉ ਮਤਾ ਕਿਤੇ ਆ ਮੌਕਾ ਖੰਜਾ ਲਈ ਵੇ ਕੀ ਕਿਤੇ ਸਮਾਣਾ ਖਰਾਬ ਕਰ ਲਈ ਇਹ ਪદ્ધਤ ਤੇ ਮਤ ਚੂਕਹਿ ਰੇ ਮਨ ਬੇਦ ਬਿਪੇਦ ਨਾ ਜਾਣ ਬਿਓ ਐਵੇਂ ਕਿਤੇ ਆਪਣੇ ਮਨ ਵਿੱਚ ਇਹ ਨਾ ਸੋਚੀ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵਿੱਚ ਰੱਬ ਦੀ ਜੋਤ ਹੈ ਕਿ ਨਹੀਂ ਹੈ ਉਹਨਾਂ ਵਿੱਚ ਰੱਬ ਵਾਲੀ ਕਰਾਮਾਤ ਦਾਤ ਹੈ ਕਿ ਨਹੀਂ ਹੈ ਇਹ ਪદ્ધਤ ਤੇ ਮਤ ਚੂਕਹਿ ਰੇ ਮਨ ਬੇਦ ਵਿਪੇਦ ਨਾ ਜਾਣ ਬਿਓ ਪ੍ਰਤਖ ਹਿਦੈ ਗੁਰ ਅਰਜਨ ਕੈ ਹਰਪੂਰਨ ਬ੍ਰਹਮ ਨਿਵਾਸ ਲਿਓ ਪਰਮੇਸ਼ਰ ਖੁਦ ਟਿਕਾਣਾ ਕਰਕੇ ਬੈਠਾ ਆ ਪਟਾਣੇ ਇਥੋਂ ਤੱਕ ਕਿਹਾ ਆ ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਕ ਜਹਾਜ਼ ਨੇ ਤੇ ਜੇ ਤੁਸੀਂ ਤਰਨਾ ਚਾਹੁੰਦੇ ਹੋ ਜੇ ਭਲਾ ਚਾਹੁੰਦੇ ਹੋ ਇਸ ਜਹਾਜ਼ ਵਿੱਚ ਬੈਠਣਾ ਹੀ ਪਏਗਾ ਜੇ ਇਹ ਜਹਾਜ਼ ਨੂੰ ਛੱਡ ਕੇ ਕਿਸੇ ਹੋਰ ਪਾਸੇ ਜਾਉਗੇ ਭਲਿਓ ਮੁਦਤਾਂ ਲੱਗ ਜਾਂਦੀਆਂ ਨੇ ਜੀਵਨ ਬਰਬਾਦ ਹੋ ਜਾਂਦੇ ਨੇ ਕਈ ਤਰ੍ਹਾਂ ਦੇ ਤੂਫਾਨ ਆਉਂਦੇ ਨੇ ਕਈ ਤਰ੍ਹਾਂ ਦੀਆਂ ਇੱਥੇ ਲਹਿਰਾਂ ਆਉਣੀਆਂ ਨੇ ਕਈ ਤਰ੍ਹਾਂ ਦੇ ਹਾਲਾਤ ਬਦਲਣੇ ਨੇ ਮੌਸਮ ਬਦਲਣੇ ਨੇ ਰੁੱਤਾਂ ਬਦਲਣੀਆਂ ਨੇ ਜ਼ਿੰਦਗੀ ਦਾ ਆ ਜਿਹੜਾ ਢੇੜਾ ਇਹ ਬਰਬਾਦ ਕਰਕੇ ਬਹਿ ਜਾਓਗੇ ਇਸ ਲਈ ਬਾਣੀ ਨੇ ਕਿਹਾ ਸੀ ਤਿਤ ਸਰਵ ਰੜਾ ਪਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਖ ਜੋ ਮੋਹ ਪਗ ਨਹੀਂ ਚਾਲੇ ਹਮ ਦੇਖਾਂ ਤਹ ਡੂਬੀ ਅਲੇ ਮੋਹ ਦੀਆਂ ਤੰਦਾਂ ਵਿੱਚ ਅਗਿਆਨਤਾ ਦੀਆਂ ਕਰਮ ਕਾਂਡਾਂ ਦੀਆਂ ਤੰਦਾਂ ਵਿੱਚ ਬੱਦੇ ਹੋਏ ਲੋਕ ਇਸ ਸੰਸਾਰ ਸਾਗਰ ਵਿੱਚ ਜਲ ਬੜ ਸੜ ਕੇ ਸੁਆਹ ਹੋ ਜਾਂਦੇ ਨੇ ਉਹਨਾਂ ਨੇ ਕਿਹਾ ਸਪਸ਼ਟ ਕਿਹਾ ਆ ਵੇਖੀ ਕਿਤੇ ਐਵੇਂ ਟਪਲਾਣਾ ਖਾ ਜਾਈਂ ਭੁਲੇਖਾਣਾ ਖਾ ਜਾਈਂ ਭੀੜ ਪਿੱਛੇ ਨਾ ਲੱਗ ਜਾਈਂ ਇੱਕ ਸਚਿਆਰ ਸੇਖ ਨੇ ਜਦੋਂ ਵੇਖਿਆ ਸੀ ਨਾ ਆਪਾ ਪੜਦੇ ਪਟ ਸਾਹਿਬਾਨ ਨੇ ਇਹ ਬੜੇ ਮਿੱਠੜੇ ਬੋਲ ਕਹੇ ਨੇ ਕਹਿੰਦੇ ਰਹਿਓ ਸੰਤ ਹਾਂ ਟੋਲ ਸਾਧਬੋ ਤੇਰੇ ਡਿੱਠੇ ਸੰਿਆਸੀ ਤਪਸੀ ਮੁੱਖੋਂ ਇਹ ਪੰਡਤ ਮਿੱਠੇ ਬਰਸ ਏਕ ਹੋਂ ਫਿਰਿਓ ਕਿਨਾਂ ਨਾ ਪਰਚਾ ਲਾਇਓ ਕਹਤੇ ਕਹਤੀ ਸੁਣੇ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੇ ਲੱਗੇ ਤਿਨ ਕੇ ਗੁਣ ਹੋਂ ਕਿਆ ਕਹਉ ਗੁਰਦੈ ਮਲਾਇਓ ਪਿਖਿਆ ਜਿਬ ਤੂ ਰਖੈ ਤਿਵ ਰਹੁ ਪਟ ਸਹਬਾਨ ਨੇ ਦੱਸਿਆ ਉਹ ਭਲਿਓ ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਤੁਸੀਂ ਆਇਓ ਇੱਥੇ ਹਾੜਾ ਆ ਕੱਢਿਆ ਜੀ ਤਰਲਾ ਆ ਕੱਢਿਆ ਜੀ ਕਿ ਸੱਚੇ ਪਾਤਸ਼ਾਹ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖਾਈ ਮਾਇਆ ਮੋਹ ਪਰਮਪੈ ਭੂਲੇ ਸੁਤਦਾਰਾ ਸੋ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਇਹ ਪદ્ધਤ ਦੇ ਮਤ ਤੂ ਕਹਿ ਰਹੇ ਮਣ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤਿਹੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਜਿਨਾਂ ਨੇ ਵੇਖਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਘਰ ਕਿੱਡਾ ਵੱਡਾ ਆ ਉਹਨਾਂ ਨੇ ਫਿਰ ਦੁਨੀਆ ਨੂੰ ਇੱਕ ਸੰਦੇਸ਼ ਦਿੱਤਾ ਕਿ ਵੇਦ ਭੇਦ ਨਾ ਜਾਣ ਬਿਓ ਫਰਕ ਨਾ ਸਮਝ ਲੈ ਜੇ ਅੱਜ ਦੁਨੀਆ ਨੂੰ ਮਾਰ ਪੈਂਦੀ ਹੀ ਇਸੇ ਗੱਲ ਕਰਕੇ ਪਈ ਹੈ ਜੀ ਸਮਾਜ ਵਿੱਚ ਲੋਕਾਂ ਦਾ ਨਿਹਾਰ ਦਾ ਮੈਨੂੰ ਜਿੰਨਾ ਕੱਜ ਤੱਕ ਆਪਣੀ ਉਮਰ ਦੇ ਮੁਤਾਬਕ ਸਮਝ ਆਇਆ ਜਾਂ ਮੈਂ ਇਤਿਹਾਸ ਨੂੰ ਪੜ ਕੇ ਵੇਖਿਆ ਇੱਕੋ ਗੱਲ ਸਮਝ ਵਿੱਚ ਆਈ ਏ ਅਸੀਂ ਆਪਣੇ ਗੁਰੂ ਸਾਹਿਬ ਦਾ ਨਾਮ ਛੱਡ ਕੇ ਉਹਨਾਂ ਦੀਆਂ ਯਾਦਾਂ ਛੱਡ ਕੇ ਪੱਥਰਾਂ ਜਾਨਵਰਾਂ ਐਕਟਰਾਂ ਗਾਇਕਾਂ ਲੱਚਰਤਾ ਵਾਲੇ ਪਾਸੇ ਤੁਰ ਪਏ ਆ ਫਿਰ ਕਹਿੰਦੇ ਜੀ ਪੰਜਾਬ ਬਰਬਾਦ ਹੋਇਆ ਹੋਰ ਕੀ ਹੋਏਗਾ ਤੁਹਾਡਾ ਹੋਰ ਤੁਹਾਨੂੰ ਕੀ ਉੱਥੇ ਰੱਬ ਤੁਹਾਡੇ ਤੇ ਰਹਿਮ ਤਾਂ ਵਰਤਾਵੇ ਬਾਣੀ ਨੇ ਸਪਸ਼ਟ ਲਿਖਿਆ ਤੂੰ ਵਿਸਰੈ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇ ਪਰ ਭੁੱਲ ਗਏ ਯਾਦ ਕਿਵੇਂ ਆਏਗਾ ਬਾਣੀ ਪੜੀਏ ਤਾਂ ਬਾਣੀ ਤੇ ਬਾਬੇ ਪੜਨ ਵਾਸਤੇ ਰੱਖੇ ਤੇ ਸੌ ਸੌ ਸੁੱਖ ਨਾਲ ਗੱਲਾਂ ਵੀ ਉਹਨਾਂ ਨੂੰ ਵਿਚਾਰਿਆਂ ਨੂੰ ਪਰ ਮੈਂ ਬੇਨਤੀ ਜਿਹੜੀ ਕਰ ਰਿਆਂ ਆਂ ਪਾਠ ਸਬੰਧ ਨੇ ਇੱਕ ਗੱਲ ਕਲੀਅਰ ਰਖੀਏ ਉਹਨਾਂ ਨੇ ਸਪਸ਼ਟ ਕੀਤਾ ਆ ਉਹਨਾਂ ਨੇ ਆਪਣੇ ਜੀਵਨ ਵੱਲ ਵੇਖ ਕੇ ਦੱਸਿਆ ਕਹਿੰਦੇ ਜਬ ਲੋ ਨਹੀਂ ਭਾਗ ਲਲਾਰ ਉਦੈ ਤਬ ਲੋ ਪ੍ਰਮਤਿ ਫਿਰਤੇ ਬੋਤਾਇਓ ਜਦੋਂ ਖੇੜ ਨਹੀਂ ਨਾ ਅੰਦਰ ਸਮਝ ਆਈ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਘਰ ਬਾਰੇ ਨਹੀਂ ਪਤਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਬਾਰੇ ਨਹੀਂ ਪਤਾ ਸੀ ਜਬ ਲੋ ਨਹੀਂ ਭਾਗ ਜਿੰਨਾ ਚਿਰ ਚੰਗੇ ਕਰਮ ਨਹੀਂ ਸੀ ਬਖਸ਼ਿਸ਼ ਨਹੀਂ ਸੀ ਲਲਾਰ ਉਦੈ ਤਬ ਲੋ ਭ੍ਰਮਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਡੁੱਬਦੇ ਪਏ ਸਾਂ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬ ਹੂੰ ਮਿਟਹੈ ਨਹੀਂ ਰੇ ਪਛਤਾਇਓ ਇੱਕ ਗੱਲ ਤੁਹਾਨੂੰ ਸਿਰੇ ਦੀ ਦੱਸ ਦਿੰਨੇ ਆ ਤਤ ਵਿਚਾਰ ਤਤ ਸਿਰੇ ਦੀ ਗੱਲ ਸਰਵ ਸ੍ਰੇਸ਼ਟ ਗੱਲ ਸ਼੍ਰੋਮਣੀ ਗੱਲ ਤਤ ਵਿਚਾਰ ਇਹ ਮਥੁਰਾ ਜਗ ਤਾਰਨ ਕੋ અવਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੂਨ ਗਰਭ ਨਾ ਆਇਓ ਜਿਹੜੇ ਜਪ ਲੈਂਦੇ ਨੇ ਉਹਨਾਂ ਨੂੰ ਇਸ ਗੀੜ ਵਿੱਚ ਆਉਣਾ ਨਹੀਂ ਪੈਂਦਾ ਤੇ ਗਰੀਬ ਨਵਾ ਸੱਚੇ ਪਾਤਸ਼ਾਹ ਰਹਿਮਤਾਂ ਦੇ ਘਰ ਵਿੱਚ ਆਣ ਕੇ ਬਖਸ਼ਿਸ਼ਾਂ ਦੇ ਘਰ ਵਿੱਚ ਆਣ ਕੇ ਇੱਕ ਗੱਲ ਕਹਿੰਦੇ ਪਏ ਨੇ ਓਏ ਇਸ ਕਰ ਨੂੰ ਛੱਡ ਕੇ ਕਿਸੇ ਦੂਸਰੇ ਘਰ ਨਾ ਜਾਇਆ ਜੇ ਕਿਉਂਕਿ ਅਸੀਂ ਆਪਣੇ ਵੱਡਿਆਂ ਦੇ ਕੀਤੇ ਹੋਏ ਕੌਤਕਾਂ ਕਰਕੇ ਉਹਨਾਂ ਦੇ ਕੀਤੇ ਹੋਏ ਮਹਾਨ ਕਾਰਜਾਂ ਕਰਕੇ ਉਹਨਾਂ ਨਾਲ ਜੁੜੇ ਆਂ ਅੱਜ ਸਮਾਜ ਦੇ ਵਿੱਚ ਕਰੋਨਾ ਵਾਇਰਸ ਦੀ ਬਿਮਾਰੀ ਆਈ ਏ ਜੀ ਇਸ ਅੱਜ ਸਿੱਖ ਜਿੱਥੇ ਵੇਖੋ ਉੱਥੇ ਲੰਗਰ ਲਾਉਂਦਾ ਪਿਆ ਇਹ ਕੱਲਾ ਅੱਜ ਦੀ ਗੱਲ ਨਹੀਂ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਜੀ ਨੇ ਵੀ ਹੋਇਆ ਲਾਹੌਰ ਕਾਲ ਪਿਆ ਲਾਹੌਰ ਦੇ ਵਾਸੀ ਇਕੱਠੇ ਹੋ ਕੇ ਹਿੰਦੁਸਤਾਨ ਦੇ ਬਾਦਸ਼ਾਹ ਕੋਲ ਗਏ ਨੇ ਕੁਝ ਵਿਦਵਾਨਾਂ ਨੇ ਲਿਖਿਆ ਕਿ ਉਹ ਆਗਰੇ ਗਏ ਨੇ ਕਈਆਂ ਨੇ ਲਿਖਿਆ ਕਿ ਉਹਨਾਂ ਦਿਨਾਂ ਵਿੱਚ ਉਹ ਕਸ਼ਮੀਰ ਸੀ ਉਹਦੇ ਕੋਲ ਉੱਥੋਂ ਤੱਕ ਪਹੁੰਚ ਕੀਤੀ ਉਹਨਾਂ ਨੇ ਕੁਝ ਵਿਦਵਾਨਾਂ ਦੇ ਲਿਖਣ ਅਨੁਸਾਰ ਉਹ ਲਾਹੌਰ ਵਿੱਚ ਟਿਕਿਆ ਉੱਥੋਂ ਤੱਕ ਲਾਹੌਰ ਸ਼ਹਿਰ ਦੇ ਵੱਡੇ ਪਤਵੰਤੇ ਸੱਜਣਾ ਨੇ ਮੁਸਲਮਾਨਾਂ ਨੇ ਪਹੁੰਚ ਕੀਤੀ ਏ ਕਿ ਸਾਡੇ ਬੱਚੇ ਭੁੱਖੇ ਮਰਦੇ ਪਏ ਨੇ ਪਬਲਿਕ ਕੁਰਲਾ ਰਹੀਏ ਰੋ ਰਹੇ ਨੇ ਲੋਕ ਤੁਸੀਂ ਇਹਨਾਂ ਦੀ ਬਾਹ ਫੜ ਉਹ ਬਾਹ ਫੜਨ ਦੀ ਬਜਾਏ ਚੁੱਪ ਕਰਕੇ ਬੈਠਾ ਰਿਹਾ ਵੀ ਮੈਂ ਕਿਸੇ ਨੂੰ ਮਿਲਣਾ ਹੀ ਨਹੀਂਗਾ ਉੱਥੋਂ ਤੱਕ ਖਬਰਾਂ ਤੇ ਗਈਆਂ ਨੇ ਨਾ ਉਹਦੇ ਖਾਸ ਬੰਦੇ ਲੈ ਕੇ ਗਏ ਨੇ ਪਰ ਹੋਇਆ ਕਿ ਸੰਗਤ ਆਉਂਦੀ ਏ ਗੁਰੂ ਅਰਜਨ ਸਾਹਿਬ ਮਾਰੇ ਤੱਕ ਪਹੁੰਚ ਕੀਤੀ ਜਾਂਦੀ ਸੱਚੇ ਪਾਤਸ਼ਾਹ ਅੱਜ ਲਾਹੌਰ ਵਿੱਚ ਬੜਾ ਡਾਡਾ ਕਾੜ ਪਿਆ ਜੇ ਲੋਕ ਕੁਰਲਾ ਰਹੇ ਨੇ ਲੋਕ ਰੋ ਰਹੇ ਨੇ ਸਹਿਬ ਨੇ ਉਸੇ ਵੇਲੇ ਜੋ ਪ੍ਰਬੰਧ ਸੁੱਚ ਜੇ ਕੀਤੇ ਜਾ ਸਕਦੇ ਹਨ ਸਾਹਿਬ ਜੀ ਕਹਿੰਗੇ ਦਾਤਾਰ ਸੱਚੇ ਪਾਤਸ਼ਾਹ ਖੁਦ ਲੰਗਰ ਬਣਵਾਉਂਦੇ ਵੀ ਨੇ ਵਰਤਾਉਂਦੇ ਵੀ ਨੇ ਜਿਹੜੇ ਰੋਗੀ ਨੇ ਉਹਨਾਂ ਨੂੰ ਗੋਦੀ ਵਿੱਚ ਲੈ ਕੇ ਉਹਨਾਂ ਦਾ ਇਲਾਜ ਵੀ ਕਰਦੇ ਨੇ ਐਵੇਂ ਨਹੀਂ ਅੱਜ ਅਸੀਂ ਡਾਕਟਰ ਫੀਲਡ ਵਿੱਚ ਵਿਚਰਨ ਵਾਲੇ ਡਾਕਟਰ ਕੰਬੀ ਜਾਂਦੇ ਨੇ ਯਾਰ ਇਹਦਾ ਲਾਜ ਕਰੀਏ ਜਾਂ ਇਹਨੂੰ ਛੱਡੀਏ ਪਰ ਗੁਰੂ ਨਾਨਕ ਦੇ ਸਿੱਖ ਸੋਚਦੇ ਹੀ ਨਹੀਂ ਪਏ ਗੱਲ ਕਿਉਂਕਿ ਸਾਨੂੰ ਸਿਖਾਇਆ ਇਹ ਗਿਆ ਆ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲਿ ਗਲੀ ਮੇਰੀ ਆਉ ਸਾਡੀ ਸਿੱਖਿਆ ਇਹ ਹੈ ਫਿਰ ਸਾਨੂੰ ਕਾਹਦਾ ਮੌਤ ਦਾ ਤੁਸੀਂ ਡਰਾਵਾ ਦਿੰਦੇ ਹੋ ਕਾਹਨੂੰ ਡਰਾਈ ਜਾਂਦੇ ਹੋ ਵੀ ਤੁਹਾਨੂੰ ਆ ਹੋ ਜਾਏਗਾ ਹਾਂ ਧਿਆਨ ਰੱਖਣਾ ਇਹ ਚੰਗੀ ਗੱਲ ਹੈ ਪਰ ਧਿਆਨ ਰੱਖ ਕੇ ਵੀ ਕਈ ਵਿਚਾਰੇ ਰਗੜੇ ਗਏ ਕਈ ਮਾਰੇ ਗਏ ਇੰਦਾ ਮਤਲਬ ਇੱਕੋ ਹੀ ਹੈ ਕਿ ਉਹ ਪੁਰਸੇ ਤੋਂ ਵਿਹੂਣੇ ਹੋ ਕੇ ਚੱਲਦੇ ਪੈਸਾ ਸਤਗੁਰੂ ਕਿਰਪਾ ਕਰਨ ਸਤਗੁਰੂ ਇੱਕ ਗੱਲ ਸਮਝਾਉਂਦੇ ਨੇ ਜਦੋਂ ਸਤਗੁਰਾਂ ਦੇ ਘਰ ਦੀ ਗੱਲ ਕਰਦੇ ਹਾਂ ਨਾ ਉਦੋਂ ਗੁਰਬਾਣੀ ਦਾ ਇੱਕ ਬੜਾ ਮਿੱਠੜਾ ਬੋਲ ਮੇਰੇ ਧਿਆਨ ਵਿੱਚ ਆਉਂਦਾ ਆ ਸਾਬ ਜੀ ਕਹਿੰਦੇ ਲਗੜੀ ਸੁਥਾਣ ਜੋੜਨ ਹਾਰੈ ਜੋੜੀਆ ਸਾਡੀ ਸਹੀ ਤਰੀਕੇ ਤੇ ਸਹੀ ਥਾਂ ਤੇ ਸਾਡੀ ਸਾਜ ਸਾਡਾ ਪ੍ਰੇਮ ਸਾਡੀ ਮੁਹੱਬਤ ਸਾਡਾ ਸਹੀ ਥਾਂ ਤੇ ਹੈ ਗਲਤ ਨਹੀਂ ਕਹਿੰਦੇ ਲੱਗੜੀ ਸਥਾਨ ਜੋੜਨ ਹਾਰੈ ਜੋੜੀਆ ਨਾਨਕ ਲਹਿਰੀ ਲੱਖ ਸੈ ਆਣ ਡੁੱਬਣ ਦੇ ਨਾ ਮਾਂ ਪਿਰੀ ਮੇਰਾ ਸਤਿਗੁਰੂ ਐਡਾ ਆ ਲੱਖਾਂ ਹਵਾਵਾਂ ਵਜ ਜਾਣ ਅਨੇਕਾਂ ਤਰੀਕੇ ਨਾਲ ਦੁੱਖ ਤਕਲੀਫਾਂ ਆ ਜਾਣ ਪਰ ਮੇਰਾ ਸਤਿਗੁਰੂ ਸਾਨੂੰ ਡੁੱਬਣ ਨਹੀਂ ਦੇਹਗਾ ਉਹ ਸਾਡੀ ਰੱਖਿਆ ਕਰੇਗਾ ਉਹ ਸਾਡਾ ਸਹਾਈ ਹੋਏਗਾ ਸਾਡਾ ਪੱਖ ਕਰੇਗਾ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਵੇਖਦੇ ਹਨ ਨਾ ਇੱਕੋ ਗੱਲ ਸਮਝ ਵਿੱਚ ਆਉਂਦੀ ਹੈ ਭਲਿਓ ਸ਼ਹਾਦਤਾਂ ਕੁਰਬਾਨੀਆਂ ਉਹੀ ਦੇ ਸਕਦੇ ਨੇ ਜਿਨ੍ਹਾਂ ਨੇ ਵੇਖਿਆ ਹੋਵੇ ਲੋਕਾਂ ਦੇ ਦੁੱਖ ਕੀਨੇ ਜਿਨ੍ਹਾਂ ਨੂੰ ਲੋਕਾਂ ਦੇ ਦੁੱਖ ਨਹੀਂ ਨਾ ਪਤਾ ਉਹ ਕਿਸੇ ਨੂੰ ਪਾਣੀ ਨਹੀਂ ਪੁੱਛਦੇ ਦੀ ਸ਼ਹਾਦਤ ਦੀ ਤੇ ਗੱਲ ਬਹੁਤ ਹੁੰਦੀ ਆ ਧਰਮ ਦੀ ਦੁਨੀਆ ਵਿੱਚ ਸੰਨਿਆਸੀਆਂ ਨੇ ਇਹੀ ਸਿਖਾਇਆ ਸੀ ਤੁਹਾਡੇ ਸਾਹਮਣੇ ਤੁਹਾਡੀ ਭੈਣ ਨਾਲ ਤੁਹਾਡੀ ਮਾਂ ਨਾਲ ਕੋਈ ਜ਼ਬਰਦਸਤੀ ਕਰਦਾ ਹੋਵੇ ਤੁਹਾਡੇ ਅੱਖ ਚ ਅਥਰੂ ਨਹੀਂ ਆਉਣਾ ਚਾਹੀਦਾ ਤੁਹਾਡੇ ਅੰਦਰ ਜੋਸ਼ ਨਹੀਂ ਪੈਦਾ ਹੋਣਾ ਚਾਹੀਦਾ ਕਿ ਇਹ ਬੰਦਾ ਤੁਹਾਡੇ ਭੈਣ ਨਾਲ ਤੁਹਾਡੀ ਮਾਂ ਨਾਲ ਇਹ ਕੁਝ ਕਿਉਂ ਕਰ ਰਿਹਾ ਆ ਕਿਉਂ ਤੁਸੀਂ ਸੰਿਆਸੀ ਹੋ ਇਹ ਫਿਰ ਕਿਵੇਂ ਕਿਸੇ ਨੂੰ ਪਾਣੀ ਦੀ ਘੁੱਟ ਪੁੱਛ ਲੈਣਗੇ ਇਹ ਕਿਵੇਂ ਕਿਸੇ ਨੂੰ ਕਹਿਣਗੇ ਸੀ ਤੁਹਾਡਾ ਦੁੱਖ ਬਣਾਉਣੇ ਤੁਸੀਂ ਫਰੋਲ ਕੇ ਵੇਖ ਲਵੋ ਹਿੰਦੁਸਤਾਨ ਦੇ ਅੱਜਕੱਲ ਤੇ ਬਹੁਤੇ ਲੀਡਰ ਵੀ ਸਿਆਸੀ ਨੇ ਫਿਰ ਤੁਸੀਂ ਕਹਿੰਦੇ ਸਾਡਾ ਪੱਖ ਕਿਵੇਂ ਕਰਨਗੇ ਅਗਲੇ ਨੂੰ ਸਿਖਾਇਆ ਇਹ ਕੁਝ ਗਿਆ ਆ ਤੇ ਸਾਨੂੰ ਕੀ ਸਿਖਾਇਆ ਗਿਆ ਭਲਿਆ ਤੇਰੇ ਸਾਹਮਣੇ ਕੋਈ ਦੁਖੀਆ ਦਰਦਵੰਦ ਆਵੇ ਜੇ ਤੇਰੇ ਕੋਲ ਇੱਕ ਰੋਟੀ ਹੈ ਨਾ ਰੋਟੀ ਖਾਣ ਤੋਂ ਪਹਿਲਾਂ ਪਹਿਲਾਂ ਆਪਣੇ ਗਲੀ ਮੁਹੱਲੇ ਵਿੱਚ ਆਵਾਜ਼ ਜ਼ਰੂਰ ਦੇ ਕੇ ਆਈਂ ਭਲਿਓ ਕੋਈ ਮੇਰੇ ਨਾਲੋਂ ਵੱਧ ਲੋੜਵੰਦ ਤੇ ਨਹੀਂ ਬੈਠਾ ਕੋਈ ਐਸਾ ਤੇ ਨਹੀਂ ਜਿਹਨੂੰ ਲੋੜ ਹੋਵੇ ਤੁਸੀਂ ਗੁਰੂ ਨਾਨਕ ਸਾਹਿਬ ਦਾ ਮਹਾਰਾਜ ਦਾ ਜੀਵਨ ਪੜ੍ਹ ਕੇ ਵੇਖ ਲਵੋ ਜਿੰਨਿਆਂ ਕੋਲ ਗਏ ਨੇ ਸਾਰਿਆਂ ਨੂੰ ਇੱਕੋ ਗੱਲ ਸਿਖਾਈ ਜਿਹੜੇ ਸੰਸਾਰ ਦੇ ਵਿੱਚ ਦੱਬੇ ਕੁਚਲੇ ਲੋਕ ਨੇ ਉਹਨਾਂ ਦੀ ਬਾਹ ਫੜੋ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ ਉਹਨਾਂ ਦੀ ਸਹਾਇਤਾ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਬਿਲਕੁਲ ਇਵੇਂ ਕੀਤਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੌਲੀ ਲਾਉਣ ਦਾ ਜ਼ਿਕਰ ਆਉਂਦਾ ਹੈ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੋਵਰ ਤਿਆਰ ਕਰਵਾਉਣ ਦਾ ਬਣਵਾਉਣ ਦਾ ਬੌਲੀਆਂ ਤਿਆਰ ਕਰਵਾਉਣ ਦਾ ਜ਼ਿਕਰ ਆਉਂਦਾ ਹੈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਪਰੰਪਰਾ ਨੂੰ ਅੱਗੇ ਰੱਖਿਆ ਹੈ ਦਸਵੰਦ ਇਕੱਠਾ ਅਸੀਂ ਆਪਣੀ ਐਸ਼ੋ ਇਜ਼ਰਤ ਲਈ ਨਹੀਂ ਅਸੀਂ ਲੋਕਾਂ ਦੀਆਂ ਲੋੜਾਂ ਵਾਸਤੇ ਕੀਤਾ ਸੀ ਮਸੰਦ ਪ੍ਰਥਾ ਜਿਹੜੀ ਚਲਾਈ ਸਹਿਬ ਨੇ ਉਹਨੂੰ ਡਾਢਾ ਹੁੰਦਾ ਪ੍ਰਚਾਰ ਕੀਤਾ ਮੰਜੀ ਪ੍ਰਥਾ ਚੱਲੀ ਡਾਢਾ ਪ੍ਰਚਾਰ ਕੀਤਾ ਕਾਰਨ ਕੀ ਕਿ ਜਿਹੜੇ ਸਿੱਖਾਂ ਕੋਲ ਰੱਬ ਦਾ ਦਿੱਤਾ ਹੋਇਆ ਰਿਜਕ ਹੈ ਇਸ ਦਿੱਤੇ ਹੋਏ ਰਿਜਕ ਦੇ ਨਾਲ ਉਹ ਸਾਰਿਆਂ ਨੂੰ ਇਕੱਠਾ ਕਰਕੇ ਪਰਮੇਸ਼ਰ ਦੇ ਨਾਮ ਉੱਪਰ ਲੋਕਾਂ ਦੀਆਂ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਵੇ ਪਰ ਸਾਨੂੰ ਸਿਖਾਇਆ ਇਹ ਗਿਆ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਾਲ ਪੈਂਦਾ ਮੈਨੂੰ ਕਈ ਵਾਰੀ ਕਈ ਵਿਦਵਾਨ ਨੇ ਲਿਖਦੇ ਨੇ ਜਦੋਂ ਸ਼ਹਾਦਤ ਦਾ ਜ਼ਿਕਰ ਕਰਦੇ ਕਈ ਕਹਿੰਦੇ ਮੁਸਲਮਾਨਾਂ ਦਾ ਵੈਰ ਸੀ ਤਾਂ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਰਦਾਸ਼ਤ ਨਹੀਂ ਕਰਦੇ ਸਨ ਜੋ ਬਾਣੀ ਲਿਖਾਈ ਉਹਨੂੰ ਬਰਦਾਸ਼ਤ ਨਹੀਂ ਕਰਦੇ ਸਨ ਜੋ ਮੇਰ ਤੇਰ ਵਾਲੀ ਤੁਸੀਂ ਗੱਲ ਖਤਮ ਕਰ ਦਿੱਤੀ ਲੋਕਾਂ ਨੂੰ ਇਹ ਪਰਵਾਹ ਨਹੀਂ ਸੀ ਉਹ ਕਈ ਉਹ ਕਾਰਨ ਦੱਸਦੇ ਨੇ ਵੀ ਆਹ ਕਾਰਨ ਨੇ ਚੰਦੂ ਦੀ ਧੀ ਦਾ ਰਿਸ਼ਤਾ ਨਾ ਲੈਣਾ ਮੈਨੂੰ ਇਹਨਾਂ ਵਿੱਚੋਂ ਇੱਕ ਕਾਰਨ ਆ ਵੀ ਸਮਝ ਆਇਆ ਆ ਸਾਡੇ ਕੀਤੇ ਹੋਏ ਚੰਗੇ ਕੰਮ ਦੁਨੀਆ ਨੂੰ ਚੰਗੇ ਨਹੀਂ ਲੱਗਦੇ। ਬਾਬਾ ਕਬੀਰ ਜੀ ਲੈ ਕੇ ਗਏ ਨੇ ਨਾ ਪਰਤਾਏ ਆਪਨਾ ਦੇਹ ਚਰੂ ਪਰ ਪਾਣੀ ਤਿਹ ਨਿੰਦੇ ਜੈ ਗੰਗਾ ਆਣੀ ਇਹ ਤੇ ਉਹਨਾਂ ਨੂੰ ਮਾੜਾ ਕਹਿੰਦੇ ਨੇ ਜਿਹੜੇ ਇਹਨੇ ਚੰਗੇ ਕੰਮ ਕਰਦੇ ਨੇ ਪਰ ਇਹ ਕਰਦੇ ਕਿਉਂ ਨੇ? ਇਹਨਾਂ ਦੀ ਐਵੇਂ ਦੀ ਮਾਨਸਿਕਤਾ ਐਵੇਂ ਦੀ ਬਿਰਤੀ ਕਿਉਂ ਆ? ਇਹਨਾਂ ਦੀ ਸੋਚ ਐਵੇਂ ਦੀ ਕਿਉਂ ਆ? ਕਿਉਂਕਿ ਇਹਨਾਂ ਕੋਲ ਉਹ ਸਿੱਖਿਆ ਇਹਨਾਂ ਕੋਲ ਉਹ ਗੁਣ ਇਹਨਾਂ ਕੋਲ ਉਹ ਸਚਿਆਰ ਵਿਦਿਆ ਨਹੀਂ ਗਈ ਜਿਹੜੀ ਇਹਨਾਂ ਨੂੰ ਇਹ ਸਿਖਾਉਂਦੀ ਭਲਿਓ ਜਦੋਂ ਕੋਈ ਚੰਗਾ ਕਰਦਾ ਹੋਵੇ ਉਸ ਚੰਗੇ ਕਰਦੇ ਵੱਲ ਵੇਖ ਕੇ ਆਪਣੇ ਵੱਲੋਂ ਚੰਗਾ ਕਰੀਦਾ ਨਾ ਕਿ ਉਹਨਾਂ ਦੀ ਬਦਨਾਮੀ ਕਰੀਦੀ ਹੈ ਪਰ ਸਮਾਜ ਵਿੱਚ ਹੁੰਦਾ ਹਮੇਸ਼ਾ ਐਵੇਂ ਦਾ ਹੀ ਆ ਸਾਡੇ ਕੋਲ ਸ਼ਮਤਾ ਨਹੀਂ ਕਿ ਅਸੀਂ ਕੁਝ ਚੰਗਾ ਕਰ ਸਕੀਏ ਹਾਂ ਸਾਡੇ ਕੋਲ ਨੈਟ ਪੈਕ ਹੈਗੇ ਨੇ ਅੱਜ ਕੱਲ ਮੇਰੇ ਕੋਲ ਵੀ ਆ ਤੁਹਾਡੇ ਕੋਲ ਵੀ ਸਾਰਿਆਂ ਕੋਲ ਸੁੱਖ ਨਾਲ ਹੋਣਗੀ ਅੱਜ ਸਾਡੇ ਕੋਲ ਨੈਟ ਪੈਕ ਹੈਗੇ ਨੇ ਫੇਸਬੁੱਕ ਸਾਰਿਆਂ ਕੋਲ ਇੰਸਟਾਲ ਆ WhatsApp ਅਸੀਂ ਸਾਰੇ ਚਲਾਉਨੇ ਆ ਇੱਕੋ ਚੀਜ਼ ਹੈਗੀ ਏ ਸਾਡੇ ਕੋਲ ਟਿੱਕਾ ਟਿੱਪਣੀ ਹੈਗਾ ਕਹਿਣਾ ਹੀ ਆ ਜੀ ਇਹ ਚੋਰ ਆ ਕਹਿਣਾ ਹੀ ਆ ਜੀ ਪੈਸੇ ਖਾਂਦਾ ਕਿਹੜਾ ਕਿਸੇ ਨੇ ਪੜਤਾਲ ਕਰ ਲੈਣੀ ਏ ਪੜਤਾਲ ਕਰਕੇ ਕਰੋਗੇ ਵੀ ਕੀ ਮੈਂ ਕਹਿੰਦਾ ਅਗਲਾ 50% ਖਾ ਰਿਆ ਖਾ ਲੈਣ ਦਿਓ ਤੁਸੀਂ ਵੀ ਖਾਨ ਲੱਗ ਪੋ ਲੋਕ ਉਹਨਾਂ ਨੂੰ ਡੋਨੇਸ਼ਨ ਦਿੰਦੇ ਨੇ ਤੁਸੀਂ ਖਾਨ ਲੱਗ ਪੋ ਹਸਾਬ ਮੰਗਣ ਵਾਲਾ ਕੰਮ ਕੀ ਹੋਇਆ ਪਰ ਅਸਲ ਦੇ ਵਿੱਚ ਕੀ ਹੈ ਸਾਡੇ ਕੋਲ ਆਪ ਚੰਗਾ ਕਰਨ ਦੀ ਸ਼ਮਤਾ ਨਹੀਂ ਇਸ ਲਈ ਠੱਪਾ ਲਾ ਦੇ ਜੀ ਵੀ ਕੀ ਹੋਏ ਨੇ ਕਹਿਂਚ ਕੀ ਹਰ ਜੇ ਸੁਖ ਨਾਲ ਜਿੰਨੇ ਕੁ ਵਿਦਵਤਾ ਨਾਲ ਤੁਸੀਂ ਇਹ ਗੱਲ ਕਹਿ ਰਹੇ ਹੋ ਇਹ ਬੇਈਮਾਨ ਨੇ ਓਨੀ ਕੁ ਵਿਦਵਤਾ ਨਾਲ ਤੁਹਾਡੇ ਨਾਲ ਖੜਨ ਵਾਲੇ ਵੀ ਤੁਹਾਨੂੰ ਲਾਭ ਹੀ ਜਾਂਦੇ ਨੇ ਕਿਉਂਕਿ ਤੈਸੋ ਜਿਵੇਂ ਜਿਵੇਂ ਦਾ ਉਡਤੇ ਕੋ ਇਡਤਾ ਮਿਲੈ ਚਲਤੇ ਕੋ ਚਲਤਾ ਚੱਲਦੇ ਨੂੰ ਚਲਦੇ ਮਿਲ ਪੈਂਦੇ ਨੇ ਚੋਰਾਂ ਨੂੰ ਚੋਰ ਮਿਲ ਪੈਂਦੇ ਨੇ ਸਾਧੂਆਂ ਨੂੰ ਸਾਧੂ ਮਿਲ ਪੈਂਦੇ ਨੇ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਆਰਾ દવાਖਾਨਾ ਲਾਉਣਾ ਤਰਨ ਤਰਨ ਸ਼ਹਿਰ ਵਸਾਉਣਾ ਉਥੇ ਬੌਲੀਆਂ ਲਾਉਣੀਆਂ ਬੜਾ ਕੁਝ ਕਰਨਾ ਕਿਤੇ ਨਾ ਕਿਤੇ ਸਾਡੇ ਵਿਰੋਧੀਆਂ ਨੂੰ ਉਹਨਾਂ ਨੂੰ ਚੰਗਾ ਨਹੀਂ ਲੱਗਾ ਇਹਦੇ ਵਿੱਚ ਉਸ ਸਮਾਜ ਦਾ ਹਾਕਮ ਪੁਜਾਰੀ ਵਾਦ ਵੀ ਇਨਾ ਹੀ ਜ਼ਿੰਮੇਵਾਰ ਆ ਜਿੰਨਾ ਕਿ ਰਾਜਨੀਤਿਕ ਤੰਤਰ ਤੇ ਮੈਂ ਹਮੇਸ਼ਾ ਆਪਣੇ ਕਥਾ ਵਾਰਤਾ ਵਿੱਚ ਇਹ ਗੱਲ ਕਹੀ ਹੈ ਜਦੋਂ ਝੂਠੇ ਪੁਜਾਰੀ ਤੇ ਲੋਭੀ ਰਾਜਨੀਤਿਕ ਰਲਦੇ ਨਾ ਉਦੋਂ ਸਮਾਜ ਦੇ ਵਿੱਚ ਚੰਗੇ ਬੰਦਿਆਂ ਨੂੰ ਨੁਕਸਾਨ ਹੁੰਦਾ ਹੀ ਹੁੰਦਾ ਆ ਮੈਂ ਫਿਰ ਕਹਿ ਦਵਾਂ ਜਦੋਂ ਝੂਠੇ ਪੁਜਾਰੀ ਉਹ ਪੰਡਤ ਹੋਵੇ ਉਹ ਮੌਲਵੀ ਹੋਵੇ ਉਹ ਪਾਦਰੀ ਹੋਵੇ ਉਹ ਚਾਹੇ ਜਥੇਦਾਰ ਹੋਵੇ ਕੋਈ ਹੋਵੇ ਜਦੋਂ ਝੂਠੇ ਬੰਦੇ ਤੇ ਲੋਭੀ ਰਾਜਨੀਤਿਕ ਇਕੱਠੇ ਹੁੰਦੇ ਨੇ ਨਾ ਉਦੋਂ ਸਮਾਜ ਦੇ ਵਿੱਚ ਚੰਗੇ ਬੰਦਿਆਂ ਦਾ ਕਾਣ ਹੁੰਦਾ ਹੀ ਹੁੰਦਾ ਆ। ਇਹੀ ਕੁਝ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਸਾਨੂੰ ਵੇਖਣ ਨੂੰ ਮਿਲਦਾ। ਕੱਲੀਆਂ ਸ਼ਿਕਾਇਤਾਂ ਮੁਸਲਮਾਨਾਂ ਨੇ ਨਹੀਂ ਕੀਤੀਆਂ। ਸ਼ੇਖ ਅਹਿਮਦ ਸਰਹੰਦੀ ਨੇ ਨਹੀਂ ਕੱਲੇ ਨਹੀਂ ਕੀਤੀਆਂ। ਕੱਲੇ ਉਹ ਨਹੀਂ ਸੀ। ਪੰਡਤਾਂ ਨੇ ਵੀ ਸ਼ਿਕਾਇਤਾਂ ਕੀਤੀਆਂ ਨੇ। ਜੇ ਇਹਨਾਂ ਨੇ ਮੇਰ-ਤੇਰ ਵਾਲਾ ਗੱਲ ਹੀ ਖਤਮ ਕਰ ਦਿੱਤੀ। ਹਰ ਵਾਰ ਮੂੰਹ ਦੀ ਖਾਣੀ ਪਈ। ਅਕਬਰ ਦੀ ਮੌਤ ਹੁੰਦੀ ਏ। ਉਹਦੇ ਪੁੱਤਰ ਨੂੰ ਇਹ ਗੱਦੀ ਉੱਪਰ ਬਿਠਾਉਂਦੇ ਨੇ ਸ਼ਰਤ ਇੱਕੋ ਸੀ ਬਿਠਾਵਾਂਗੇ ਤਾਂ ਜੇ ਸਾਡੀ ਗੱਲ ਵਿੱਚ ਗੱਲ ਲਾਏਗਾ ਉਹ ਗੱਦੀ ਤੇ ਬੈਠਦਾ ਆ ਅਗਲੇ 7 ਮਹੀਨਿਆਂ ਦੇ ਵਿੱਚ ਵਿੱਚ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋ ਜਾਂਦੀ ਹੈ ਉਹ ਖੁਦ ਆਪਣੀ ਜੀਵਨੀ ਵਿੱਚ ਲਿਖਦਾ ਆ ਕਿ ਮੈਨੂੰ ਪਤਾ ਲੱਗਾ ਆ ਕਿ ਐਵੇਂ ਗੋਇੰਦਵਾਲ ਦੇ ਕਿਨਾਰੇ ਤੇ ਕੋਈ ਗੁਰੂ ਢਾਮਾ ਚਲਾ ਰਿਹਾ ਆ ਉਹ ਗੁਰੂ ਢਾਮਾ ਕਹਿੰਦਾ ਆ ਕਿ ਸਾਡੇ ਕਈ ਅਣਜਾਣ ਮੁਸਲਮਾਨ ਉਹਨਾਂ ਤੋਂ ਪ੍ਰਭਾਵਿਤ ਹੋ ਰਹੇ ਨੇ ਉਹ ਭਲਿਆ ਅਸੀਂ ਕਿਸੇ ਨੂੰ ਪੈਸੇ ਦੇ ਕੇ ਤੇ ਨਹੀਂ ਨਾ ਆਪਣੇ ਨਾਲ ਜੋੜਿਆ ਸਾਡੇ ਘਰ ਦੀ ਕਿਸੇ ਨੂੰ ਗੱਲ ਚੰਗੀ ਲੱਗਦੀ ਸੀ ਤੇ ਸਾਡੇ ਨਾਲ ਕੋਈ ਜੁੜ ਗਿਆ ਕਿਸੇ ਨੂੰ ਨਹੀਂ ਚੰਗੀ ਲੱਗੀ ਅਸੀਂ ਉਹਨੂੰ ਅੱਜ ਤੱਕ ਸ਼ਿਕਵਾ ਨਹੀਂ ਕੀਤਾ ਸਾਡੇ ਘਰ ਨਾਲ ਕਿਉਂ ਨਹੀਂ ਜੁੜਿਆ ਕਿਉਂਕਿ ਸਾਨੂੰ ਸਿਖਾਇਆ ਹੀ ਇਹ ਗਿਆ ਸੀ ਇਹ ਮਰ ਜੀਵੜਿਆਂ ਦਾ ਰਾਹ ਆ ਇਹ ਮਰਦਾਂ ਦਾ ਰਾਹ ਆ ਇੱਥੇ ਬੋਜਦਲਾਂ ਲਈ ਕੋਈ ਥਾਂ ਨਹੀਂਗੀ ਇੱਥੇ ਦੰਬੀਆਂ ਪਖੰਡੀਆਂ ਦੀ ਕੋਈ ਥਾਂ ਨਹੀਂਗੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਹੁੰਦੀ ਏ ਮੈਂ ਸੰਖੇਪ ਦੀ ਬੇਨਤੀ ਕਰਨੀ ਹੈ ਸਾਹਿਬ ਜੀ ਦੀ ਸ਼ਹਾਦਤ ਵਿਦਵਾਨਾਂ ਨੇ ਲਿਖਿਆ ਹੈ ਕਿ ਤਿੰਨ ਦਿਨ ਗੁਰੂ ਸਾਹਿਬ ਜੀ ਨੂੰ ਬੜੇ ਤਸੀਹੇ ਦਿੱਤੇ ਗਏ ਜਿਨ੍ਹਾਂ ਦੇ ਵਿੱਚ ਪਾਣੀ ਦੇ ਵਿੱਚ ਬਾਲਣਾ ਤਤੀ ਤਵੀ ਉੱਪਰ ਬਿਠਾਉਣਾ ਸੀਸ ਵਿੱਚ ਰੇਤਾ ਪਾਉਣੀ ਇਹ ਸਾਰਾ ਕੁਝ ਹੋਇਆ ਜੇ ਕਹਿਣਾ ਬਹੁਤ ਸੌਖਾ ਹੈ ਬਸ ਮਹਿਸੂਸ ਕਰਕੇ ਵੇਖ ਲਿਆ ਜੇ ਕਿ ਤੁਸੀਂ ਘਰ ਦੇ ਵਿੱਚ ਪਾਣੀ ਰੱਖਿਆ ਸੀ ਤੇ ਗਲਤੀ ਨਾਲ ਹੱਥ ਵਿੱਚ ਪੈ ਗਿਆ। ਬਲੇਖੇ ਨਾਲ। ਸਵਾਨੀਆਂ ਮੇਰੀ ਗੱਲ ਨੂੰ ਜਿਆਦਾ ਸਮਝਣ ਗਿਆ ਰੋਟੀ ਬਣਾਉਂਦਿਆਂ ਰੋਟੀ ਨੂੰ ਨਹੀਂ ਹੱਥ ਲੱਗਾ ਸਦਾ ਤਵੇ ਨੂੰ ਲੱਗ ਗਿਆ। 4-4 5-5 ਦਿਨੋਂ ਅੰਗ ਨਾਲ ਨਹੀਂ ਰਲਦਾ ਆਪਦਾ। ਆਪਦਾ ਹੱਥ ਹੀ ਹੁੰਦਾ ਉਂਗਲੀ ਹੁੰਦੀ ਹੈ ਨਾਲ ਨਹੀਂ ਰਲਦੀ। ਬੋਲ ਦੇਣਾ ਤੇ ਸੁਣ ਲੈਣਾ। ਬਹੁਤ ਸੌਖਾ ਹੈ। ਪਰੋਸਚੀ ਨੂੰ ਆਪਣੀ ਜ਼ਿੰਦਗੀ ਵਿੱਚ ਮਹਿਸੂਸ ਕਰੀਏ ਸੱਚੀ ਸਾਡੇ ਵੱਡਿਆਂ ਨੇ ਸਾਡੇ ਲਈ ਬੜਾ ਕੁਝ ਕੀਤਾ ਜੀ ਸ਼ਬ ਜੀ ਦੀ ਸ਼ਹਾਦਤ ਹੁੰਦੀ ਹੈ ਰਾਵੀ ਵਿੱਚ ਬੰਨ ਕੇ ਸਟਹਿ ਜਾਂਦਾ ਹੈ ਬੜਾ ਸੋਹਣਾ ਲਿਖਿਆ ਆ ਬਾਬੂ ਸੋਹਣ ਸਿੰਘ ਸੀਤਲੇ ਉਹ ਕਹਿੰਦੇ ਤਸੀਹੇ ਦੇਣ ਲੱਗਦੇ ਨੇ ਤੇ ਉਹ ਪੁੱਛਦੇ ਨੇ ਕਹਿੰਦੇ ਤੁਹਾਨੂੰ ਪਤਾ ਹੈ ਤੁਹਾਨੂੰ ਪਾਣੀ ਵਿੱਚ ਬਾਲਿਆ ਜਾਏਗਾ ਸਾਬ ਪੁੱਛਦੇ ਨੇ ਕਿਉਂ ਕਹਿੰਦੇ ਤਾਂ ਬਾਲਿਆ ਜਾਣਾ ਵੀ ਤੁਸੀਂ ਡੋਲ ਜਾਓਗੇ ਕਹਿੰਦੇ ਜੇ ਗੱਲ ਨਾ ਬਣੀ ਫਿਰ ਕਹਿੰਦੇ ਜੀ ਫਿਰ ਤੁਹਾਨੂੰ ਤਤੀ ਤੇ ਵੀ ਤੇ ਬਿਠਾਇਆ ਜਾਏਗਾ ਕਹਿੰਦੇ ਜੇ ਗੱਲ ਫਿਰ ਵੀ ਨਾ ਬਣੀ ਫਿਰ ਕਹਿੰਦੇ ਜੀ ਫਿਰ ਤੁਹਾਡੇ ਸੀਸ ਵਿੱਚ ਤਾਂ ਧੀਰੇ ਤਾਂ ਪਾਈ ਜਾਵੇ ਕਹਿੰਦੇ ਮੰਨ ਕੇ ਚੱਲੋ ਗੱਲ ਫਿਰ ਵੀ ਨਾ ਬਣੀ ਫਿਰ ਕੀ ਕਰੋਗੇ ਕਹਿੰਦੇ ਜੀ ਫਿਰ ਤੁਹਾਨੂੰ ਰਾਵੀ ਦੇ ਵਿੱਚ ਛੁੱਟਿਆ ਜਾਏਗਾ ਰਸਿਆ ਨਾਲ ਬੰਨ ਕੇ ਸਹਿਬ ਜੀ ਕਹਿੰਦੇ ਫਿਰ ਤੇ ਤੁਸੀਂ ਹਾਰ ਜਾਓਗੇ ਨਾ ਕਿਉਂਕਿ ਅਗਲੇ ਦਾ ਮਨੋਰਥ ਪਾਣੀ ਚ ਬਾਲਣਾ 2 ਦਿਨ 3 ਦਿਨ ਵਿਦਵਾਨਾਂ ਲਿਖਿਆ ਪਾਣੀ ਚ ਬਾਲਣ ਦਾ ਮਨੋਰਥ ਏ ਸੀ ਇੱਕ ਉਰਲਾ ਉੱਠੇ ਮੇਰੇ ਤੋਂ ਗਲਤੀ ਹੋ ਗਈ ਜੋ ਤੁਸੀਂ ਕਹਿੰਦੇ ਮੈਂ ਤੁਹਾਡੇ ਨਾਲ ਸਹਿਮਤ ਆ ਉਕਰਲਾ ਹਾ ਉੱਠੇ ਕਹੇ ਉੱਠੇ ਤਤੀ ਤਵੀ ਤੇ ਬਿਠਾਇਆ ਉਹ ਕੋਈ ਨਿਆਣੇ ਨਹੀਂ ਸੀ ਮਾਰਨ ਵਾਲੇ ਬੱਚੇ ਨਹੀਂ ਸੀ ਹੱਡੀਆਂ ਨਿਕਲ ਆਈਆਂ ਹੁੰਦੀਆਂ ਨੇ ਪਾਣੀ ਹਰ ਚੀਜ਼ ਗਾਲ ਦਿੰਦਾ ਜੀ ਪਾਣੀ ਹਰ ਚੀਜ਼ ਬਰਬਾਦ ਕਰਕੇ ਰੱਖ ਦਿੰਦਾ ਹੈ ਪਰ ਉਹ ਬੱਚੇ ਨਹੀਂ ਸੀ ਉਹਨਾਂ ਨੇ ਬੜੀ ਇੰਤਹਾ ਕੀਤੀ ਉਥੇ ਮੈਂ ਇੱਕ ਸ਼ੇਰ ਸਾਂਝਾ ਕਰਦਾ ਚੱਲਾਂ ਉਹ ਸੂਫੀ ਮੀਆਂ ਮੀਰ ਜੀ ਦੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇੱਕ ਵਾਰਤਾ ਆਇਆ ਉਹ ਆਪਸੇ ਗੱਲਬਾਤ ਕਰਦੇ ਕਵੀ ਨੇ ਉਹਨੂੰ ਆਪਣੇ ਸ਼ਬਦਾਂ ਚ ਲਿਖਾਇਆ ਉਹ ਕਵੀ ਕਹਿੰਦਾ ਕਹਿੰਦਾ ਕਿ ਇਹ ਕਿੱਥੇ ਹੋ ਇਹ ਕੀ ਹੁੰਦਾ ਅਰਜਨ ਜੀ ਕੀ ਪਏ ਕਰਦੇ ਹੋ ਹੋ ਹੰਸ ਅਮਰਤੀ ਸਰਵਰ ਦੇ ਕਿਉਂ ਅੱਗ ਚ ਪਏ ਤਰਦੇ ਹੋ ਤਦ ਹੱਸ ਕੇ ਆ ਗੁਰੂ ਅਰਜਨ ਨੇ ਤੂੰ ਫਕਰਾ ਰਮਜ ਪਛਾਣੀ ਨਹੀਂ ਮੈਂ ਤੇਰੇ ਦਿਲ ਦੀ ਜਾਣ ਗਿਆ ਤੂੰ ਮੇਰੇ ਦਿਲ ਦੀ ਜਾਣੀ ਨਹੀਂ ਮੈਂ ਤਰਣੀਆਂ ਹੈ ਸਨ ਦੋ ਨੀਆਂ ਇੱਕ ਇਹ ਤੇ ਇੱਕ ਹਰਿਮੰਦਰ ਦੀ ਇਹ ਮੈਂ ਰੱਖਾਂ ਉਹ ਤੂੰ ਰੱਖੇ ਇਹ ਚਾਹ ਸੀ ਮੇਰੇ ਅੰਦਰ ਦੀ ਉਸ ਮੰਦਰ ਅੰਦਰ ਸ਼ਰਦਾ ਦਾ ਇੱਟ ਚੂਨਾ ਗਾਰਾ ਲੱਗਦਾ ਏ ਇਹ ਮੰਦਰ ਬਣਦਾ ਤਦ ਫਕਰਾ ਜਦ ਲਹੂ ਬਿਦੋਸ਼ਾ ਵੰਦਾ ਹੈ ਤੇ ਸਹਿਬ ਨੇ ਉੱਥੇ ਜਦੋਂ ਉਹਨਾਂ ਦੀ ਸ਼ਹਾਦਤ ਹੁੰਦੀ ਮੈਂ ਬੜੇ ਵਾਰੀ ਕਹ ਓ ਤੁਸੀਂ ਤਤੀ ਤਵੀ ਵਰਤੀ ਗੁਰੂ ਅਰਜਨ ਸਾਹਿਬ ਜਾਂਦੇ ਜਾਂਦੇ ਉਸ ਤਤੀ ਤਵੀ ਨੂੰ ਹੱਥ ਵਿੱਚ ਫੜਿਆ ਆ ਆਪਣੇ ਪੁੱਤਰ ਨੂੰ ਉਹ ਦੋ ਤੇਗਾ ਬਣਾ ਕੇ ਦੇ ਕੇ ਗਏ ਕਹਿੰਦੇ ਪੁੱਤਰਾ ਅੱਜ ਮੈਂ ਆਪਣੀ ਮਰਜ਼ੀ ਨਾਲ ਤਵੀ ਤੇ ਬੈਠਾ ਹਾਂ ਤੂੰ ਕੱਲ ਨੂੰ ਆਪਣੀ ਮਰਜ਼ੀ ਨਾਲ ਤੇਗ ਇਵੇਂ ਚਲਾਉਣੀ ਹੈ ਇਹਨਾਂ ਵਿੱਚੋਂ ਕੋਈ ਹਿੰਮਤ ਨਾ ਕਰ ਸਕੇ ਸਿੱਖਾਂ ਦੇ ਖਲਾਫ ਉੱਠ ਕੇ ਬੋਲਣ ਦੀ ਇਹਨਾਂ ਨੂੰ ਯਾਦ ਹੋਵੇ ਕਿ ਕੋਈ ਤੇ ਹੈ ਐਸਾ ਜਿਹੜਾ ਸਾਨੂੰ ਲਲਕਾਰਨ ਵਾਲਾ ਜੰਮ ਪਿਆ ਤੇ ਇਹ ਗੱਲ ਬਹੁਤ ਵੱਡੀ ਹੁੰਦੀ ਹੈ ਅੱਜ ਤੇ ਲੋਕ ਡਰਦੇ ਨੇ ਨਾ ਅਸੀਂ ਨਹੀਂ ਜੀ ਨਾ ਜਿੰਨਾ ਆਪਾਂ ਨਹੀਂ ਕੋਈ ਰੌਲਾ ਪਾਉਣਾ ਜਦੋਂ ਤੇ ਕੋਈ ਸਿੱਖ ਧੱਕਾ ਕਰੂਗਾ ਉਦੋਂ ਤੇ ਸਾਰੇ ਮੀਂਹ ਦੇ ਡੱਡੂਆਂ ਵਾਂਗੂ ਬੁੜਕ ਪੈਂਦੇ ਲੋ ਜੀ ਸਿੱਖਾਂ ਧੱਕਾ ਦਿੱਤਾ ਸਿੱਖਾਂ ਧੱਕਾ ਕੀਤਾ ਜਦੋਂ ਕੋਈ ਪ੍ਰਸ਼ਾਸਨ ਵੱਲੋਂ ਧੱਕਾ ਹੁੰਦਾ ਕਿਸੇ ਗਰੀਬ ਨਾਲ ਜਾਂ ਕੋਈ ਲੀਡਰ ਕਿਸੇ ਗਰੀਬ ਨਾਲ ਧੱਕਾ ਕਰਦੇ ਨੇ ਜਾਂ ਜਿਆਦਾ ਜਿਹੜੇ ਡਰਾ ਕੇ ਰੱਖਣਾ ਚਾਹੁੰਦੇ ਲੋਕਾਂ ਨੂੰ ਉਹਨਾਂ ਵੱਲੋਂ ਧੱਕਾ ਹੁੰਦਾ ਫਿਰ ਸਾਰੇ ਮੂਦੀ ਝੱਗ ਵਾਂਗੂ ਟੇਕੇ ਬਹਿ ਜਾਂਦੇ ਸਾਹਿਬ ਨੇ ਕਾਸੀ ਮੈਂ ਦੱਸਣਾ ਆ ਅਸੀਂ ਹੈਗੇ ਆ ਤੇ ਉੱਥੇ ਕਿਸੇ ਕਵੀ ਨੇ ਬੜੇ ਪਿਆਰੇ ਬੋਲ ਲਿਖੇ ਨੇ ਸਾਹਿਬ ਜੀ ਦੋਤੇ ਉਹਨਾਂ ਨੇ ਕਵੀ ਕਹਿੰਦਾ ਕਹਿੰਦਾ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ ਫਸਿਲੋਂ ਆਸੋ ਆਹਣ ਬਹੁਤ ਬੁਲੰਦ ਸਹੀਂ ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ ਮੇਰੇ ਖਿਆਲਾਂ ਕੀ ਪਰਵਾਜ਼ ਰੁਕਨੇ ਵਾਲੋ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ ਜਿਹੜੀ ਮੈਂ ਤਲਵਾਰ ਦੇ ਕੇ ਚੱਲਿਆ ਨਾ ਤੁਹਾਡੇ ਤੋਂ ਰੁਕਿਆ ਰੁਕਣੀ ਨਹੀਂ ਉਹ ਸੱਚ ਸੀ ਚਾਰ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਦੇ ਨੇ ਜਿੱਤ ਹੁੰਦੀ ਏ ਅੱਗੇ ਸੀਨਾ ਬਸੀਨਾ 2200 ਕੋੜ ਸਵਾਰ ਰੱਖ ਕੇ ਆਪਾਂ ਤਾਂ ਬੜਾ ਸੌਕਾ ਕਹਿੰਦੇ ਨਹੀਂ 2200 ਕੋੜ ਸਵਾਰ ਰੱਖੇ ਉਹ 2200 ਕੋੜ ਸਵਾਰ ਰੱਖਣਾ ਹੀ ਲਲਕਾਰ ਸੀਗੀ ਜੰਗ ਲੜੀ ਨਹੀਂ ਲੜੀ ਬਾਦੀਆਂ ਗੱਲਾਂ ਨੇ 14 ਜੰਗਾਂ ਲੜੀਆਂ ਜਿੱਤੀਆਂ ਨੇ ਫੌਜ ਰੱਖਣੀ ਆਪਣੇ ਆਪ ਦੇ ਵਿੱਚ ਇੱਕ ਲਲਕਾਰ ਸੀ ਉਹ ਤੁਸੀਂ ਆਪਣੀਆਂ ਫੌਜਾਂ ਫੌਜ ਰੱਖਦਾ ਕੌਣ ਹੈ ਰਾਜਾ ਫੌਜ ਰੱਖਦਾ ਕੌਣ ਹੈ ਜਿਹੜਾ ਆਪਣੇ ਆਪ ਚ ਪੈਂਠ ਚ ਹੈ ਜਿਹੜਾ ਆਪਣਾ ਦਬਦਬਾ ਬਣਾਉਣਾ ਚਾਹੁੰਦਾ ਹੈ ਫੌਜ ਰੱਖਣ ਦਾ ਮਤਲਬ ਹੀ ਇਹ ਸੀਗਾ ਅਸੀਂ ਤੇਰੇ ਬਰਾਬਰ ਕੁਝ ਹੈਗੇ ਆਂ ਤੇਰੇ ਤੋਂ ਸਾਡੀ ਬਰਾਬਰੀ ਨਹੀਂ ਹੋਣੀ ਤੇ ਫਿਰ ਕਹਿ ਦਿੱਤਾ ਟਾਡੀਆਂ ਨੇ ਪੱਗ ਤੇਰੀ ਕੀ ਜਹਾਂਗੀਰ ਦੀ ਉਹਨਾਂ ਜਦੋਂ ਇਹ ਕੁਝ ਵੇਖਿਆ ਆ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੁੱਚੇ ਜੀਵਨ ਵਾਲ ਚਾਤ ਪਰ ਕੇ ਵੇਖੀ ਨਾ ਸੱਚੀ ਜਿੰਨਾ ਉਹ ਸ਼ਾਂਤ ਤੱਤੀ ਤਵੀ ਤੇ ਬੈਠ ਕੇ ਰਹਿੰਦਾ ਸਾਰਾ ਜੀਵਨ ਉਹਨਾਂ ਨੇ ਈਵੇਂ ਬਤੀਤ ਕੀਤਾ ਆ ਪ੍ਰਾਣੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਰਕਾਰਾਂ ਤੱਕ ਆ ਕੀਤਾ ਅੱਗੋਂ ਐਂ ਡੋਲ ਰਹੇ ਹਾਂ ਤੁਹਾਡੀ ਹਾਂ ਚ ਹਾਂ ਵੀ ਨਹੀਂ ਮਲਾਉਣੀ ਇਹ ਨਹੀਂ ਕਿ ਤੁਹਾਨੂੰ ਅਸੀਂ ਟ੍ਰੇਆਂ ਲੈ ਕੇ ਚਾਵਾ ਵਰਤੌਣ ਲਾ ਨਾ ਇਹ ਵੀ ਨਹੀਂ ਕੀਤਾ ਹਾਂ ਚ ਹਾਂ ਵੀ ਨਹੀਂ ਮਲਾਈ ਸ਼ਹਾਦਤ ਦੇ ਦਿੱਤੀ ਉਹਨਾਂ ਵਾਲੀ ਬੋਲੀ ਕੋਈ ਨਹੀਂ ਬੋਲੀ ਕੀ ਜੋ ਗੁਰੂ ਨਾਨਕ ਸਾਹਿਬ ਦੇ ਘਰ ਦੀ ਗੁੜਤੀ ਮਿਲੀ ਸੀ ਉਹਨੂੰ ਛੱਡਿਆ ਕੋਈ ਨਹੀਂਗਾ ਸਭ ਤੋਂ ਵੱਧ ਗੁਰਬਾਣੀ ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਆਰਾ ਅੰਕਿਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਬ ਜੀ ਨੇ ਬੜਾ ਤਰਸ ਕੀਤਾ ਸਾਡੇ ਸਿੱਖਾਂ ਦੇ ਉੱਪਰ ਸਾਡੇ ਬਾਪੂ ਗੁਰੂ ਨਾਨਕ ਸਾਹਿਬਾ ਜੀ ਦੀ ਬਾਣੀ ਅੱਗੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਪੱਟ ਸਾਹਿਬਾਨ ਦੀ ਬਾਣੀ ਭਗਤਾਂ ਦੀ ਬਾਣੀ ਗੁਰੂ ਕੀ ਸਿੱਖਾਂ ਦੀ ਬਾਣੀ ਸਾਨੂੰ ਅੰਕਿਤ ਕਰਕੇ ਸਾਡੀ ਝੋਲੀ ਵਿੱਚ ਪਾਈ ਕਿ ਐ ਖਾਲਸਾ ਇਸ ਬਾਣੀ ਨਾਲ ਜੁੜੇ ਰਿਹਾ ਜੇ ਤੁਹਾਡਾ ਭਲਾ ਜ਼ਰੂਰ ਹੋਵੇਗਾ ਸਾਨੂੰ ਉਹਨਾਂ ਨੇ ਦੱਸਿਆ ਸਾਨੂੰ ਸਮਝਾਇਆ ਪਰ ਅੱਜ ਦੇ ਦਿਨ ਸਾਡੇ ਇਤਿਹਾਸ ਅਨੁਸਾਰ ਸਤਗੁਰੂ ਦੀ ਸ਼ਹਾਦਤ ਹੁੰਦੀ ਹੈ ਮੈਂ ਇੱਕੋ ਬੇਨਤੀ ਕਰਨੀ ਹੈ ਵੈਸੇ ਤੇ ਇਸ ਵੇਲੇ ਲੋਕਡਾਊਨ ਹੈ ਸ਼ਬੀਲਾ ਪਾਣੀ ਦੀਆਂ ਘਟ ਲੱਗਣਗੀਆਂ ਪਰ ਇੱਕੋ ਗੱਲ ਆਪਣੇ ਹਿਰਦੇ ਵਿੱਚ ਟਿਕਾ ਕੇ ਯਾਦ ਰੱਖਿਆ ਜੀ ਅਸੀਂ ਜਿੱਥੇ ਠੰਡਾ ਮਿੱਠਾ ਜਲ ਵਰਤਉਣਾ ਹੈ ਨਾ ਵੈਸੇ ਭਾਵੇਂ ਉਹਦਾ ਪਸ਼ੂਕੜ ਹੈ ਨਹੀਂ ਉਹ ਬਾਅਦ ਦੀਆਂ ਗੱਲਾਂ ਜਿੱਥੇ ਅਸੀਂ ਠੰਡਾ ਮਿੱਠਾ ਜਲ ਵਰਤਾਉਣਾ ਨਾ ਉੱਥੇ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਵਾਲੀ ਤਪਸ਼ ਆਪਣੇ ਅੰਦਰ ਲੈ ਕੇ ਆਈਏ ਅਸੀਂ ਸਰਕਾਰਾਂ ਦੇ ਗੁਲਾਮ ਨਾ ਬਣੀਏ ਅਸੀਂ ਲੋਕਾਂ ਦੇ ਸ਼ੋਭਾ ਵਡਿਆਈ ਦੇ ਗੁਲਾਮ ਨਾ ਬਣੀਏ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਿੱਖ ਬਣ ਕੇ ਸਚਿਆਰ ਜੀਵਨ ਜਾਈਏ ਤੇ ਪਟਤ ਸਬਾਨ ਦੀ ਗੱਲ ਨੂੰ ਮੰਨੀਏ ਕਿ ਇਹ ਪਦਤ ਤੇ ਮਤ ਚੂਕੇ ਰੇ ਮਨ ਬੇਦ ਪੇਦ ਨਾ ਜਾਣ ਬਿਓ ਪ੍ਰਤਾਛ ਰਿਦੈ ਗੁਰ ਅਰਜਨ ਕੇ ਹਰਪੂਰਨ ਬ੍ਰਹਮ ਨਵਾਸ ਲਿਓ ਸਤਿਗੁਰੂ ਕਿਰਪਾ ਕਰਨ ਸਾਡੇ ਸਭਨਾ ਦਾ ਭਲਾ ਹੋਵੇ ਗੁਰੂ ਸਾਹਿਬ ਦੇ ਜੀਵਨ ਦੀਆਂ ਬਾਤਾਂ ਕਰਦੇ ਆ ਇੱਕ ਨਹੀਂ ਬੇਅੰਤ ਭੁੱਲਾਂ ਹੋਈਆਂ ਨੇ ਸਮਾਂ ਥੋੜਾ ਸੀ ਜਿੰਨਾ ਕਿ ਸਤਿਗੁਰਾਂ ਨੇ ਸਮਾਂ ਦਿੱਤਾ ਤੁਹਾਡੇ ਨਾਲ ਸਾਂਝ ਪਾਈ ਏ ਮੇਰੇ ਤੋਂ ਪਹਿਲਾਂ ਵੀ ਵਿਦਵਾਨ ਪੁਰਖਾਂ ਨੇ ਗੁਰ ਇਤਿਹਾਸ ਨੂੰ ਤੁਹਾਡੇ ਸਾਹਮਣੇ ਸਾਂਝਾ ਕੀਤਾ ਆ ਸਤਿਗੁਰੂ ਕਿਰਪਾ ਕਰਨ ਅਸੀਸ ਬਖਸ਼ੋ ਅਸੀਂ ਸਤਿਗੁਰਾਂ ਦੀ ਸ਼ਹਾਦਤ ਨੂੰ ਸਮਰਪਿਤ ਹੋ ਸਕੀਏ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੀ ਕੁਰਬਾਨੀ ਨੂੰ ਸਾਡੇ ਲਈ ਸਮਝ ਸਕੀਏ ਸਤਿਗੁਰੂ ਤਰਸ ਕਰਨ ਅਸੀਸ ਬਖਸ਼ੂ ਸਤਿਗੁਰਾਂ ਦੇ ਕਰਨ ਨਿਭਾਵੇ ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ